ਬਾਪੂ ਕੰਮ ਤਾਂ ਹੁੰਦੇ ਹੀ ਰਹਿਣਗੇ, ਮੈਂ ਤਾਂ ਐਂ ਕਹਿੰਦਾ ਜੇ ਤੁਸੀਂ ਨਹੀਂ ਹਟਦੇ ਨਾ ਉਹਦੀ ਰੋਟੀ ਅੱਡ ਕਰ ਦਿਓ, ਖੇਤੀਬਾੜੀ ਤਾਂ ਅਸੀਂ ਇਕੱਠੀ ਰੱਖਾਂਗੇ, ਉਹਦਾ ਜੀ ਨਹੀਂ ਲੱਗਣਾ। ਦੇਖ ਲਾ ਬਹੁਤ ਮਾੜੀ ਗੱਲ ਆ ਕਾਕਾ ਸਿਆਹ, ਜਵਾਕਾਂ ਨੇ ਬਹੂ ਘਰੋਂ ਕੁੱਟ ਕੇ ਕੱਢਤੀ, ਬਹੂ ਆਈ ਤੀ ਆਪਣੇ ਘਰੇ, ਬਹੁਤ ਅੱਤ ਚੱਕ ਰੱਖੀ ਆ ਭਾਈ ਜਵਾਕਾਂ ਨੇ, ਮਾੜਾ ਮੋਟਾ ਉਹਨਾਂ ਨੂੰ ਕਹਿਣੇ 'ਚ ਕਰ, ਹੈ ਐਂ ਨਹੀਂ ਕੰਮ ਚੱਲਣਾ ਹੈਗਾ। ਉਹ ਬਾਈ ਕੀ ਕਹਿਤਾ ਬਹੂ ਨੂੰ, ਜਦੋਂ ਹਟਦੀ ਨਹੀਂ ਸਾਰਾ ਦਿਨ ਕਿਚ ਕਿਚ ਕਰੀ ਜਾਂਦੀ ਹੈ, ਕਿਸੇ ਵੇਲੇ ਬੰਦੇ ਨੂੰ ਗੁੱਸਾ ਆ ਜਾਂਦਾ, ਹੁਣ ਜਦੋਂ ਅਸੀਂ ਗੱਲ ਕਰ ਹੀ ਰਹੇ ਸੀ ਉਹਨੂੰ ਵਿੱਚ ਆ ਕੇ ਟੰਗ ਡਿੱਕੇ ਲਾਉਣ ਦੀ ਕੀ ਲੋੜ ਸੀ, ਮੁੰਡੇ ਨੇ ਗੁੱਸੇ 'ਚ ਭਾਈ ਦੋ ਮਾਰੀਆਂ ਫਿਰ। ਉਹ ਤਾਂ ਚੱਲ ਠੀਕ ਹੈ ਭਾਈ ਮੀਆਂ ਬੀਬੀ ਦੀ ਲੜਾਈ ਤੀ, ਫਿਰ ਕੀ ਗੱਲ ਹੈ ਵਿੱਚ, ਤੂੰ ਕਾਹਨੂੰ ਉਹਨੂੰ ਗਾਲਾਂ ਕੱਢੀਆਂ, ਕਹਿੰਦੀ ਮੈਨੂੰ ਬਾਪੂ ਨੇ ਧੱਕੇ ਮਾਰ ਕੇ ਕਰਤਾ। ਉਹ ਬਾਈ ਤੂੰ ਯਕੀਨ ਕਰ ਲਿਆ ਮੈਂ ਧੱਕੇ ਮਾਰਨ ਵਾਲਾ ਹੈਗਾ, ਪਹਿਲਾਂ ਮੈਨੂੰ ਐਂ ਦੱਸ। ਭਾਈ ਹੁਣ ਤਾਂ ਮੈਨੂੰ ਕਿਸੇ 'ਤੇ ਕੋਈ ਯਕੀਨ ਨਹੀਂ ਹੈਗਾ ਕਾਕਿਆ, ਜੇ ਤੂੰ ਸੱਚ ਪੁੱਛਦਾ। ਸਾਨੂੰ ਬਥੇਰਾ ਕੁਛ ਕਿਹਾ ਤੇ ਤਾਂ, ਹੈਂ ਇੰਨੀਆਂ ਗੱਲਾਂ ਤਾਂ ਸਾਨੂੰ ਕਹੀਆਂ, ਸੰਗਤ ਵਿੱਚ ਫੜਨ ਦੀ ਲੋੜ ਨਹੀਂ ਤੀ, ਤੇਰੇ ਘਰ ਦੀ ਲੜਾਈ ਤੀ, ਤੂੰ ਆਪੇ ਨਿਬੜਦਾ। ਤੁਹਾਡੇ ਸਾਹਮਣੇ ਭਾਬੀ ਵੱਡਾ ਹੋਇਆ ਮੈਂ, ਤੂੰ ਯਕੀਨ ਕਰ ਲਿਆ ਤੇ ਮੈਂ ਧੱਕੇ ਮਾਰੂ ਉਹਨੂੰ ਗਾਲਾਂ ਦੇਊ। ਮੈਂ ਕਿਹਦੇ ਯਕੀਨ ਕਰਾਂ, ਉਹਦੇ 'ਤੇ ਕਰਾਂ ਕਿ ਤੇਰੇ 'ਤੇ ਯਕੀਨ ਕਰਾਂ, ਨਾਲੇ ਕਾਕੇ ਮੇਰੀ ਗੱਲ ਸੁਣ ਲੈ, ਦੇਖ ਦੋ ਭਾਂਡੇ ਹੁੰਦੇ ਨੇ ਉਹ ਖੜਕਦੇ ਹੁੰਦੇ ਨੇ, ਸਾਡੇ ਕਿਹੜਾ ਲੜਾਈ ਨਹੀਂ ਤੀ, ਤੂੰ ਵੰਡ ਕੇ ਪਰਾਂ ਫੜਾ ਦੇ ਕਲੇਸ਼ ਮੁਕਾ। ਉਹ ਭਾਬੀ ਭਾਂਡੇ ਇੰਨੇ ਵੀ ਨਹੀਂ ਖੜਕਣੇ ਚਾਹੀਦੇ ਵੀ ਉਹਦੀ ਆਵਾਜ਼ ਹੋ ਵੀ ਘਰਾਂ 'ਚ ਜਾਵੇ। ਮੈਂ ਤਾਂ ਰਾਜ ਨੂੰ ਪਹਿਲਾਂ ਕਹੀ ਜਾਂਦਾ ਵੀ ਜਾ ਭਾਈ ਤੇਰੇ ਤਾਏ ਨੂੰ ਸੱਦ ਲਿਆ, ਜਿਵੇਂ ਉਹਨੇ ਕਰਤਾ ਠੀਕ ਹੈ। ਤਾਏ ਨੂੰ ਕਦੋਂ ਕਹਿੰਦਾ ਉਹਨਾਂ ਨੂੰ ਪਤਾ ਵੀ ਨਾ ਲੱਗੇ ਵੀ ਹਾਂ ਸਾਡੇ ਘਰੇ ਲੜਾਈ ਹੋਈ ਹੈ। ਕਰ ਲਿਆ ਯਕੀਨ ਫਿਰ ਇਸ ਗੱਲ 'ਤੇ, ਜੇ ਹਾਂ ਗੱਲਾਂ ਨਾ ਕਰਨ ਵਾਲੀ ਹੁੰਦੀ ਉਹ ਇੱਥੇ ਨਾ ਬਸ ਰਹਿੰਦੀ। ਦੇਖ ਲੈ ਭਾਬੀ ਮੇਰੇ ਸਾਹਮਣੇ ਗੱਲ ਹੋਈ ਹੈ, ਇਸ ਤਾਂ ਸਾਰੇ ਹਲੇ ਬੈਠੇ ਰੈਵਾੜੀ ਕਰਦੇ ਤੀ ਵੀ ਭਾਈ ਕਿਹਨੂੰ ਬੁਲਾਈਏ, ਫਿਰ ਬਾਈ ਕਹਿੰਦਾ ਵੀ ਆਪਾਂ ਦੇਖ ਕਿਸੇ ਹੋਰ ਨੂੰ ਬੁਲਾਉਂਦੇ ਨਹੀਂ, ਉਹਨੂੰ ਕਿਹਾ ਤੀ ਵੀ ਤੂੰ ਆਪਦੇ ਰਿਸ਼ਤੇਦਾਰਾਂ ਨੂੰ ਬੁਲਾ ਲੈ, ਕਹਿੰਦੀ ਮੇਰੇ ਪੇਕਿਆਂ ਕੁੜੀਆਂ ਤਾਂ ਕੋਈ ਆਉਂਦਾ ਨਹੀਂ ਹੈਗਾ, ਫਿਰ ਬਾਈ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਆਪਣੇ ਵਾਲੇ ਬਾਈ ਨੂੰ ਬੁਲਾ ਲਾਂਗੇ। ਹਲੇ ਸਾਡੀ ਤਾਂ ਇੰਨੀ ਗੱਲ ਚੱਲੀ ਜਾਂਦੀ ਤੀ, ਇੰਨੇ 'ਚ ਦੋਨੇ ਆਦਮੀ ਤੀਵੀ ਨੇ ਆਪਦੀ ਝੱਜੂ ਪਾ ਲਿਆ। ਦੇਖ ਬੀਬੀ ਮੇਰੀ ਗੱਲ ਸੁਣ ਲੈ, ਅੱਗੇ ਦੇਖ ਇਹ ਸਾਡੇ ਲਾਣੇਦਾਰ ਕਾਕੇ ਉਹਨੂੰ ਇੱਕ ਗੱਲ ਕਹਿ ਨਹੀਂ ਦਿੰਦਾ ਤੀ, ਅੱਜ ਤਾਂ ਇਹਦਾ ਵੀ ਦਿਲ ਟੁੱਟ ਗਿਆ ਵੀ ਹਾਂ ਮੈਂ ਤਾਂ ਕਾਕੇ ਨੂੰ ਕਦੇ ਪੰਜ ਦਿਨ ਵੀ ਨਹੀਂ ਕਿਹਾ, ਉਹਦਾ ਛੋਟਾ ਭਾਈ ਸਮਝ ਵੀ ਸਾਨੂੰ ਵੀ ਕਹਿੰਦਾ। ਚੱਲ ਕੋਈ ਗੱਲ ਨਹੀਂ, ਫਿਰ ਕੀ ਗੱਲ ਹੈ ਕਾਕੇ, ਦੇਖ ਮੈਂ ਤੈਨੂੰ ਐਂ ਕਹਿੰਦਾ ਜੇ ਭਾਈ ਜਵਾਕ ਅੱਡ ਹੋਣ ਨੂੰ ਕਹਿੰਦੇ ਨੇ ਤੂੰ ਅੱਡ ਕਰ ਦੇ, ਹੈ ਇਹਦੇ 'ਚ ਕੀ ਗੱਲ ਆ। ਉਹ ਬਾਈ ਫਿਰ ਕਿਹੜਾ ਅੰਗਰੇਜ਼ੀ ਦੇ ਅੱਖਰ ਨੇ ਵੀ ਮੈਨੂੰ ਆਉਂਦੇ ਨਹੀਂ, ਹੋਰ ਮੈਂ ਕੀ ਕਰਦਾ ਸੀ, ਇਹਨਾਂ ਨੇ ਗੱਲ ਸੁਣੀ ਮੇਰੀ। ਭਾਈ ਉਹ ਤਾਂ ਦੇਖ ਬਾਲਾ ਕੁੜੀ ਦੇਖ ਲਾ ਰੋਈ ਜਾਂਦੀ ਤੀ, ਮੈਨੂੰ ਤਾਂ ਤਰਸ ਆਇਆ, ਮਹਾਂ ਮੈਂ ਗੱਲ ਕਰਕੇ ਆਉਂਦਾ ਆਪ, ਹੈ ਹੁਣ ਠੀਕ ਹੈ ਚੱਲ ਦੋਏ ਭਾਈਆਂ ਦਾ ਇਹਨਾਂ ਦਾ ਪਿਆਰ ਹੈ, ਇਹ ਖੇਤੀ ਇਕੱਠੇ ਕਰੀ ਜਾਣਗੇ, ਤੂੰ ਇਹਨਾਂ ਦੇ ਚਾਰ ਭਾਂਡੇ ਭਾਈ ਅੱਡ ਕਰ ਦੇ, ਹੁਣ ਤੀਵੀਆਂ ਦੀ ਤਾਂ ਲੜਾਈ ਮੁੱਕਦੀ ਨਹੀਂ ਹੁੰਦੀ। ਉਹ ਬਾਈ ਤੂੰ ਵੀ ਸਿਆਣਾ, ਆਹ ਵੱਡੀ ਵੀ ਕੁੜੀ ਹੈ, ਅੱਜ ਤੱਕ ਚੂਕ ਨਹੀਂ ਨਿਕਲੀ, ਤੂੰ ਦੱਸ ਕੇ ਤੇ ਇਹਨੂੰ ਕੁਛ ਕਿਹਾ ਸੀ, ਹੁਣ ਤੀਜੇ ਦਿਨ ਇਹਨੂੰ ਕਹਿ ਦਿੰਦੀ ਹੈ ਇਹ ਤਾਂ ਮਤੇਰ ਹੈ, ਮੈਂ ਦੱਸ ਲਵੇ ਖੜਾ ਚੱਲ ਗੱਲਾਂ ਸੁਣੀ ਜਾਵਾਂ ਫਿਰ ਮੈਂ। ਭਾਈ ਇਹ ਤਾਂ ਹੁਣ ਕੁਛ ਕਹਿ ਨਹੀਂ ਸਕਦੇ, ਅਣਝਾ ਤਾਂ ਤੁਸੀਂ ਤਾਂ ਕੰਮ ਹੈ। ਦੇਖ ਭੈਣੇ ਅੱਜ ਤੱਕ ਜਮ੍ਹਾਂ ਨਹੀਂ ਦਿੰਦੀ ਸੀ, ਮੈਂ ਕਰਦੀ ਪਾਪ ਨਹੀਂ ਬਾਹਰ ਕੱਢਦੀ ਸੀ, ਹੁਣ ਤਾਂ ਮੈਂ ਅੱਕ ਗਈ, ਹੁਣ ਤਾਂ ਮੈਂ ਸੱਚੀ ਕਹਿੰਦੀ ਆ ਭਰੂਪਣੀ ਹੈ, ਉਹ ਤਾਂ ਸਾਰੇ ਜ਼ੋਰ ਦੀ ਭਰੂਪਣੀ ਹੈ ਭਾਈ, ਸਾਨੂੰ ਤਾਂ ਸੂਲੀ 'ਤੇ ਟੰਗ ਰੱਖਿਆ ਸੀਗਾ, ਠੀਕ ਹੈ ਰੋਜ਼ ਦਾ ਝੱਜੂ ਖਾਨਾ ਸੀ ਅੰਦਰ ਖਾਤੇ, ਅੱਜ ਮੁੰਡੇ ਨੇ ਅੱਕੇ ਨੇ ਲਾਤੀਆਂ ਦੋ ਚਾਰ ਭਾਈ, ਬਾਗੀ ਫਿਰ ਹੁਣ ਹੋਰ ਕੀ ਕਰੀਏ, ਥੇਪੜ ਥਈਆ ਕਰਕੇ ਮੈਂ ਹੱਥਾਂ ਮਨ ਮੈਂ ਰੋਜ਼ ਰੱਖਦੀ ਸੀ, ਮੈਂ ਕਿੰਨਾ ਕੁ ਚਿਰ ਰੱਖੀ ਜਾਊਂਗੀ ਉਹਨੂੰ। ਚੱਲ ਆਏ ਜੀ ਭੈਣੇ ਤੂੰ ਸਿਆਣੀ ਹੈ, ਚੱਲ ਇੱਕ ਅੱਧਾ ਮਾਰ ਲੈਂਦਾ ਘੂਰ ਲੈਂਦਾ ਕੋਈ ਵੱਡੀ ਗੱਲ ਜੀ, ਉਹ ਤਾਂ ਕਹਿੰਦੀ ਮੈਂ ਆਏ ਕੁੱਟੀ ਜਿਵੇਂ ਕੋਈ ਮੈਸ ਨੂੰ ਕੁੱਟਦੇ ਹੁੰਦੇ ਆਏ ਕੁੱਟੀ। ਜਵਾਕ ਵੀ ਥੋੜ੍ਹਾ ਜਿਹਾ ਬਾਹਰ ਚੱਲ ਰਹੇ ਨੇ ਕਾਕਿਆ ਕਹਿਣੇ ਤੋਂ, ਹੈ ਸ਼ਿਕਾਇਤਾਂ ਆਉਣ ਲੱਗ ਗਈਆਂ ਜਵਾਕਾਂ ਦੀਆਂ, ਮੁੰਡਿਆਂ ਨੂੰ ਰੋਕ ਮਾੜਾ ਮੋਟਾ।
ਬੜਾ ਮੋਟਾ ਤੂੰ ਉਹਨਾਂ ਨੂੰ ਕਾਬੂ 'ਚ ਕਰ, ਐਂ ਨਹੀਂ ਕੰਮ ਚੱਲਣਾ ਹੈਗਾ। ਮੈਂ ਤਾਂ ਮੇਰੀ ਗੱਲ ਸੁਣਾ, ਮੈਂ ਤਾਂ ਪਤੰਦਰਾ ਤੈਨੂੰ ਸਰਾਉਂਦਾ ਨਹੀਂ ਥੱਕਦਾ ਤੀ, ਸਾਰਾ ਦਿਖਲਾ ਸਾਰਾ ਦਿਨ ਮੇਰਾ ਮੂੰਹ ਨਹੀਂ ਥੱਕਦਾ ਤੀ ਆਪਣੇ ਜਵਾਕਾਂ ਨੂੰ ਵੀ ਸਹਾਇਤਾ ਕਰਦੇ ਦਾ, ਹੈਂ ਉੱਪਰੋਂ ਦਿਖਲਾ ਹੁਣ ਤਾਂ ਉਹ ਗੱਲਾਂ ਵੀ ਮੇਰੀਆਂ ਝੂਠੀਆਂ ਪਾਉਣ ਲੱਗ ਗਈਆਂ, ਮੇਰਾ ਤਾਂ ਪਰਿਵਾਰ 'ਚ ਵੀ ਮੂੰਹ ਨੀਵਾਂ ਹੋਣ ਲੱਗ ਗਿਆ ਕਾਕਾ ਸਿਆ, ਤੈਨੂੰ ਕੀ ਦੱਸਾਂ ਮੈਂ। ਉਹ ਬਾਈ ਮੁੰਡੇ ਤਾਂ ਇੰਚ ਵੀ ਬਾਹਰ ਨਹੀਂ, ਜਿਵੇਂ ਕਹਿੰਦੇ ਉਵੇਂ ਕਰ ਲੈਂਦੇ ਹਾਂ, ਪਰ ਇਹ ਵਿਗਾੜ ਪਵਾਈ ਜਾਂਦੇ ਬਿਨਾਂ ਗੱਲ ਤੋਂ। ਹੁਣ ਤੁਸੀਂ ਵੀ ਯਕੀਨ ਕਰ ਲਿਆ, ਉਹ ਤਾਂ ਮੈਨੂੰ ਪਤਾ ਕੀ ਕੁਛ ਬੋਲ ਕੇ ਗਈ ਹੈ ਇੱਥੇ, ਅੱਗੇ ਸਾਰੇ ਸਿਆਪਿਆਂ ਦੀ ਜੜ ਤੂੰ ਹੈ ਕਿ ਕਰ ਲੈ ਗੱਲ, ਕੀ ਮਾੜਾ ਕਰਤਾ ਮੈਂ। ਕਹਾੜੇ ਪਾਟਿਆ ਮੂੰਹ ਹੈ ਭੈਣੇ ਉਹਦਾ, ਉਹ ਬੋਲਣ ਲੱਗੀ ਨਹੀਂ ਦੇਖਦੀ ਹੈਗੀ ਭੈਣੇ, ਉਹ ਤਾਂ ਹੈਗੀ ਹੋਣੀ, ਤੁਸੀਂ ਸਾਰਾ ਟੱਬਰ ਲਾਵੇ ਖੜੇ ਹੋਵੋਗੇ, ਜਦੋਂ ਕੁੱਟਦਾ ਸੀ ਤੁਹਾਡਾ ਹਟਾਉਣ ਦਾ ਜ਼ਰੂਰ ਹੱਕ ਬਣਦਾ ਸੀ। ਕਟਾਈ ਹੈ, ਹੋਰ ਹੁਣ ਕੋਲੇ ਖੜ ਕੇ ਤਾਂ ਨਹੀਂ ਕਟਵਾਈ, ਅਸੀਂ ਤਾਂ ਉਹ ਉੱਥੇ ਬੈਠੇ ਗੱਲਾਂ ਕਰੀ ਜਾਂਦੇ ਹਾਂਗੇ, ਹਲੇ ਅਸੀਂ ਕਹੀ ਜਾਂਦੇ ਸੀ ਤੈਨੂੰ ਦੱਸ ਕੇ ਤਾਂ ਹਟਿਆਂ ਵੀ ਚੱਲ ਭਾਈ ਅੱਡ ਕਰ ਦਿੰਦੇ ਹਾਂਗੇ, ਰਾਜ ਕਹਿੰਦਾ ਬਾਪੂ ਕੇ ਖੇਤੀ ਇਕੱਠੀ ਰੱਖ ਲਾਂਗੇ, ਮੈਂ ਆਖਿਆ ਨਾ ਭਾਈ, ਜਦੋਂ ਕਿ ਨੱਚਣ ਲੱਗ ਗਈ ਫਿਰ ਘੁੰਡ ਕਿਹਾ, ਜਦੋਂ ਅੱਡ ਕਰ ਹੀ ਦਿੱਤੇ ਭਾਈ ਉਹਨਾਂ ਦੇ ਵਾਹਣ ਵੀ ਵੰਡਦੇ ਜਿਹੜਾ ਹੈਗਾ ਦੋ ਖੁੱਡ। ਉਹਨੂੰ ਤਾਂ ਭੈਣੇ ਪਾਣੀ ਕੀਤਾ ਸਾਡੇ ਘਰੇ, ਉਹ ਤਾਂ ਭੱਜ ਗਈ, ਮਗਾ ਪਤਾ ਨਹੀਂ ਹੁਣ ਜਾ ਕੇ ਕੀ ਕੀ ਕਾਰਾਂ ਕਰਵਾਊਗੀ ਕੀ ਨਾ ਕਰਵਾਊਗੀ। ਚੱਲ ਸਾਰੀਆਂ ਗੱਲਾਂ ਹੁਣ ਉਹੀ ਗੱਲ ਹੈ ਕਿ ਪਿੰਡ 'ਚ ਹੋਣਗੀਆਂ, ਦੇਖੀ ਜਾਊਗੀ ਨੰਗੂਗੀ। ਮੇਰੀ ਗੱਲ ਸੁਣ ਭਾਬੀ, ਕੁਛ ਨਹੀਂ ਹੁੰਦਾ ਹੈਗਾ ਪਿੰਡ ਨੂੰ, ਸਭ ਨੂੰ ਪਤੀ ਹੁੰਦਾ ਵੀ ਕਿਹੜਾ ਬੰਦਾ ਕਹੇ ਜਾ, ਆਪਣੇ ਘਰ ਨੂੰ ਕੌਣ ਨਹੀਂ ਜਾਣਦਾ, ਸਾਰਾ ਪਿੰਡ ਸਰਾਉਂਦਾ ਆਪਾਂ ਨੂੰ, ਜਿੱਦੇ ਦੀ ਇਹ ਆਈ ਹੈ ਇਸ ਘਰੇ ਪੈਰ ਪਾਏ ਨੇ ਸਾਰੇ ਪਿੰਡ 'ਚ ਜਲੂਸ ਕੱਢ ਰੱਖਿਆ, ਪਿੰਡ ਨੂੰ ਪਤਾ ਨਹੀਂ ਇਹਦੇ ਬਾਰੇ। ਹਾਂ ਵੀ ਅੱਜ ਕੋਈ ਨਦੀਦਾ ਕੋਈ ਲੱਗਦਾ ਦਿਨ ਤਾਂ ਇਹ ਨਹੀਂ ਸੀਗਾ ਵੀ ਅੱਜੇ ਲੜੀਏ ਇਹ। ਨਹੀਂ ਚੱਲ ਫਿਰ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ, ਦੇਖ ਹੁਣ ਤੈਨੂੰ ਪਤਾ ਹੀ ਹੈ ਅਸੀਂ ਵੀ ਸੱਸ ਨੂੰ ਲੜਦੇ ਰਹੇ ਹਾਂ, ਉਹੀ ਚੌਂਕੇ ਚੜੀਆਂ ਗਈ ਸੱਸ ਨੂੰ ਲੜੀਆਂ। ਨਹੀਂ ਤੁਹਾਡੇ ਵਾਲੀ ਇੰਨਾ ਜਲੂਸ ਨਹੀਂ ਕੱਢਦੀ ਭੈਣੇ ਜਿੰਨਾ ਸਾਡੀ ਕੱਢਦੀ ਹੈ। ਐਵੇਂ ਲੱਗਦਾ ਨੂੰਹਾਂ ਮੂਹਰੇ ਸਿਰ ਨੀਵਾਂ ਕਰਕੇ ਕੱਟਣਾ ਪੈਂਦਾ, ਪਹਿਲਾਂ ਵਾਲੀ ਸਰਦਾਰੀ ਨਹੀਂ ਚੱਲਦੀ, ਜੇ ਆਪਾਂ ਚਲਾਈਏ ਫਿਰ ਤਾਂ ਨੂੰਹਾਂ ਦੀ ਉਹ ਚੱਲਦੀ ਹੈ। ਨਹੀਂ ਹੁਣ ਤਾਂ ਸਿਰ ਨੀਵਾਂ ਕਰਕੇ ਕੱਟਦੀ ਆਈਆਂ ਭੈਣੇ, ਖੌਂਸੜੇ ਵੀ ਖਾਂਦੀ ਆਈਆਂ ਸਿਰ 'ਚੋਂ ਤੋਂ ਮੈਂ ਸਿਰ ਨੀਵਾਂ ਕਰ ਕਰ, ਫਿਰ ਹੁਣ ਰੋਜ਼ ਕਿਵੇਂ ਭਾਈ ਉਹ ਕਰੀ ਜਾਵਾਂ ਮੈਂ, ਰੋਜ਼ ਤਾਂ ਝੱਲੀਆਂ ਨਹੀਂ ਜਾਂਦੀਆਂ, ਮੈਂ ਚੱਲ ਲੈਂਦੀ ਹਾਂ ਜੇ ਮੁੰਡੇ ਸੁਣ ਲੈਂਦੇ ਨੇ, ਮੁੰਡੇ ਖੌਂਸੜਾ ਖਿੱਚ ਲੈਂਦੇ ਨੇ ਭਾਈ, ਆਪੋ ਆਪਦੀਆਂ ਤੀਵੀਆਂ ਨੂੰ ਉਹ ਨਹੀਂ ਕਹਿਣਾ ਦਿੰਦੇ ਕੁਛ। ਦੀਦੀ ਦੀਦੀ ਤੁਸੀਂ ਰੋਈ ਕਿਉਂ ਜਾਂਦੇ ਹੋਗੇ? ਭਾਬੀ ਕੀ ਦੱਸਾਂ ਤੈਨੂੰ, ਕੀ ਹੋ ਗਿਆ? ਮੇਰਾ ਤਾਂ ਘਰ ਹੀ ਪੱਟਿਆ ਗਿਆ। ਕੀ ਹੋ ਗਿਆ ਹੈਗਾ, ਸੁੱਖ-ਸਾਂਦ ਤਾਂ ਹੈਗੀ ਹੈਗੀ ਦੀਦੀ? ਕੋਈ ਸੁੱਖ-ਸਾਂਦ ਨਹੀਂ ਭੈਣੇ, ਕੋਈ ਸੁੱਖ-ਸਾਂਦ ਨਹੀਂ। ਨਾਲੇ ਬਾਈ ਕਿੱਥੇ ਹੈਗਾ, ਮੈਨੂੰ ਤਾਂ ਦਿੰਦਾ ਨਹੀਂ। ਬਾਈ ਤਾਂ ਬੈਠਾ ਚੋਰਾ ਆਪਦੇ ਘਰੇ, ਹੱਸੀ ਖੇਡੀ ਜਾਂਦਾ, ਇੱਧਰ ਮੈਨੂੰ ਕੁੱਟ ਕੇ ਤੋਰਤਾ। ਕੋਈ ਗੱਲ ਤਾਂ ਹੋਈ ਹੋਣੀ ਹੈ, ਮੈਨੂੰ ਗੱਲ ਤਾਂ ਦੱਸ ਦਿਓ। ਪਹਿਲਾਂ ਤੂੰ ਐਂ ਦੱਸ, ਮਾਂ ਤੇ ਵੀਰਾ ਕਿੱਥੇ ਹੈ? ਮਾਂ ਤੇ ਵੀਰਾ ਨੂੰ ਨਾਨਕੀ ਗਏ ਹੋਏ ਨੇਗੇ। ਓਹੋ, ਕਦੋਂ ਕਹਾਉਣਗੇ? ਸ਼ਾਮ ਤੱਕ ਆ ਜਾਣਗੇ। ਤੁਸੀਂ ਗੱਲ ਦੱਸੋ, ਗੱਲ ਕੀ ਹੋਗੀ ਪਹਿਲਾਂ ਮੈਨੂੰ? ਗੱਲ ਕੀ ਹੋਣੀ ਸੀ, ਹੱਕ ਮੰਗਦੀ ਸੀ ਆਪਦਾ, ਮੈਨੂੰ ਕੁੱਟ ਕੇ ਕੱਢਦਾ ਘਰੋਂ। ਤੁਸੀਂ ਕਾਹਦਾ ਹੱਕ ਮੰਗਦੇ ਸੀਗੇ? ਹਿੱਸਾ ਮੰਗਦੀ ਸੀ ਆਪਦਾ। ਜਦੋਂ ਬਾਈ ਨੂੰ ਲੋੜ ਹੋਈ ਨਾ ਹਿੱਸਾ, ਉਹ ਆਪ ਹੀ ਲੈ ਲੈਣਗੇ। ਤੂੰ ਨਾ ਬਾਲੀ ਸਿਆਣੀ ਨਾ ਬਣ, ਜੇ ਉਹ ਹਿੱਸੇ ਲੈਣ ਵਾਲਾ ਹੁੰਦਾ ਨਾ ਮੈਨੂੰ ਇੱਥੇ ਆ ਕੇ ਰੋਣਾ ਨਾ ਪੈਂਦਾ। ਆਹੀ ਤੇਰੀ ਜੀਭ ਪੁਆੜੇ ਪਵਾਉਂਦੀ ਹੈ, ਨਾ ਤਾਂ ਤੂੰ ਉੱਥੇ ਵਸਦੀ ਹੈ ਨਾ ਸਾਨੂੰ ਵਸਣ ਦਿੰਨੀ ਹੈਗੀ, ਚੱਕ ਕੇ ਬਹਿਗਾ ਇੱਥੇ ਆ ਜਾਣੀ ਤੀਜੇ ਦਿਨ। ਤੇਰੀਆਂ ਕਰਤੂਤਾਂ ਬਹੁਤ ਮਾੜੀਆਂ ਨੇ। ਮੇਰੀਆਂ ਕਰਤੂਤਾਂ ਨਾ ਪਰਖ ਭਾਬੀ, ਤੂੰ ਆਪਦੇ ਮੰਜੀ ਹੇਠ ਸੋਟਾ ਮਾਰ, ਤੈਨੂੰ ਵੀ ਪਤਾ ਤੂੰ ਕਿੰਨੇ ਕੁ ਪਾਣੀ 'ਚ। ਅਖੇ ਮਾੜਾ ਕਿਸੇ ਦੇ ਜੰਮੇ ਨਾ, ਮਾੜਾ ਕਿਸੇ ਦੇ ਆਵੇ ਨਾ, ਤੈਨੂੰ ਸਹੇੜ ਲਿਆ ਮਾੜੀ ਨੂੰ, ਉੱਧਰੋਂ ਉਹ ਜਿਹੜਾ ਸਹੇੜਿਆ ਉਹ ਉਦੋਂ ਮਾੜਾ ਨਿਕਲਿਆ, ਸਾਡੀ ਤਾਂ ਕਿਸਮਤ ਹੀ ਫੁੱਟ ਗਈ ਦੋਵਾਂ ਭੈਣ ਭਰਾਵਾਂ ਦੀ। ਮੇਰੀ ਗੱਲ ਕੰਨ ਖੋਲ ਕੇ ਸੁਣ ਲਾ, ਆ ਖੇਖਣ ਜੇ ਮੇਰੇ ਕੋਲੇ ਕਰਨ ਦੀ ਲੋੜ ਨਹੀਂ, ਠੀਕ ਹੈ ਨਾ? ਆਪਦੇ ਭਰਾ ਸਾਹਮਣੇ ਕਰ, ਆਪਦੀ ਮਾਂ ਸਾਹਮਣੇ ਕਰ, ਤੈਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਤੂੰ ਚੀਜ਼ ਕੀ ਹੈਗੀ। ਹਾਂ ਹਾਂ, ਤੈਨੂੰ ਤਾਂ ਮੇਰੇ ਖੇਖਣ ਆਪ ਹੀ ਲੱਗਣੇ ਆ, ਮੇਰੇ ਭਰਾ ਨੇ ਤੇਰੇ ਚਾਰ ਟੁਕਣੇ 'ਚ ਮਾਰੀਆਂ ਨਹੀਂ ਨਾ ਤਾਂ ਤੈਨੂੰ ਖੇਖਣ ਲੱਗਦੇ ਆ। ਗੱਲ ਯਾਦ ਰੱਖ ਮੇਰੀ ਭਾਬੀ,
ਘਰੇ ਕੋਈ ਹੈ ਨਹੀਂ, ਜੇ ਗੋਡਿਆਂ ਥੱਲੇ ਲੈ ਲੈਣਾ ਛਡਾਉਣ ਵਾਲਾ ਕੋਈ ਨਹੀਂ ਹੋਣਾ। ਤੂੰ ਮੇਰੇ ਹੱਥ ਲਾ ਕੇ ਦਿਖਾ ਦੇ, ਮੇਰੇ ਘਰੇ ਆ ਕੇ ਤੂੰ ਮੇਰੇ ਤੇ ਰੋਹ ਮਾਰੀ ਜਾਂਦੀ ਹੈ। ਕਿਹੜਾ ਤੇਰਾ ਘਰ, ਮੇਰਾ ਵੀ ਘਰ ਇਹ, ਅੱਧ ਦੀ ਮਾਲਕਣ ਆ ਮੈਂ, ਤੈਨੂੰ ਤਾਂ ਐਂ ਕਢਵਾ ਦੂੰਗੀ। ਤੂੰ ਤਾਂ ਚਾਰੇ ਪਾਸੇ ਅੱਧ ਦੀ ਮਾਲਕ ਆ, ਪਹਿਲਾਂ ਉੱਥੋਂ ਛਿੱਤਰ ਖਾ ਕੇ ਆਈ ਹੈ ਹਿੱਸਿਆਂ ਪਿੱਛੇ, ਤੂੰ ਇੱਥੇ ਮੇਰੇ ਤੋਂ ਨਾ ਹਿੱਸਾ ਲੈ ਲਈ ਕਿਤੇ। ਨਹੀਂ ਤੂੰ ਵਗ ਜਾ, ਚਾਹ ਨਹੀਂ ਪਾਣੀ ਨਹੀਂ, ਇੱਥੇ ਆ ਕੇ ਲੈਕਚਰ ਦੇਣ ਲੱਗ ਜਾਂਦੇ, ਇੱਥੇ ਵਗ ਜਾ। ਚਾਹ ਨਾ ਕਿਤੇ, ਮੈਂ ਤੈਨੂੰ ਹੁਣੀ ਸ਼ਰਬਤ ਲਿਆ ਦਾਂ। ਉਹ ਤਾਂ ਪਤੀ ਸੀ ਤੇਰੇ ਵਰਗੇ ਤੋਂ ਕੀ ਹੋਣਾ, ਭੈੜੇ ਬੁੱਥੇ ਵਾਲੀ ਤੋਂ, ਬੈਤਲ ਕਿਸੇ ਤਾਂ ਦੀ। ਸਾਰਿਆਂ ਨੇ ਦੁਖੀ ਕਰ ਰੱਖਿਆ ਮੈਨੂੰ, ਪਤਾ ਨਹੀਂ ਮੇਰੀ ਮਾਂ ਕਦੋਂ ਆਊਗੀ। ਇਹਦਾ ਤਾਂ ਪਤਾ ਮੈਂ ਸਾਫ਼ ਕਰਾਉਂਦੀ ਹਾਂ, ਆਣ ਦੇ ਮੇਰੇ ਭਰਾ ਨੂੰ ਬਣਾ ਦੇ ਇਹਨੂੰ ਚਾਹ, ਚਾਹ ਨਾ ਕਿਤੇ ਇਹਨੂੰ ਕੌਫੀ ਦੇ ਦਾਂ। ਪਹਿਲਾਂ ਇਹਦੀ ਮਾਂ ਨੇ ਤਪਾ ਰੱਖਿਆ ਸੀ, ਹੁਣ ਇਹ ਰੋਡੀ ਲੱਗ ਗਈ, ਤੀਜੇ ਦਿਨ ਹੀ ਆਜੂ ਝੋਲਾ ਚੱਕ ਕੇ ਇੱਥੇ। ਅੱਜ ਇਹਦੇ ਬਾਈ ਨਾਲ ਗੱਲ ਕਰਦੀ ਹਾਂ, ਜਾਂ ਤਾਂ ਇਹ ਰਹੂਗੀ ਜਾਂ ਮੈਂ ਰਹੂ ਇਸ ਘਰੇ। ਵੀਰੇ ਕਿੱਥੇ ਹੋ ਵੀਰੇ ਤੁਸੀਂ, ਰੋਣੀ ਆਪਦੀ ਕਿਸਮਤ ਨੂੰ। ਕਿਤੇ ਨੀ ਵੀਰੇ, ਮੈਂ ਤਾਂ ਇੱਧਰ ਆਈ ਹੋਈ ਸੀ ਆਪਣੇ ਘਰੇ, ਤੁਸੀਂ ਦਿਖੇ ਨੀ, ਮੈਂ ਤੁਹਾਨੂੰ ਫੋਨ ਲਾ ਲਿਆ। ਹੋਣਾ ਕੀ ਸੀ ਵੀਰੇ, ਵੀਰੇ ਹਰਜੀਤ ਨੇ ਨਾ ਮੈਨੂੰ ਕੁੱਟ ਕੇ ਘਰੋਂ ਕੱਢਤਾ। ਬਾਲੀ ਕੁੱਤੇਗਾਨੀ ਕੀਤੀ ਵੀਰੇ ਮੇਰੇ ਨਾਲ, ਮੈਂ ਤਾਂ ਪਹਿਲੀ ਕਿਸਮਤ ਦੀ ਮਾਰੀ ਸੀ, ਉਧਰੋਂ ਆ ਕੇ ਤੇਰੀ ਜਨਾਨੀ ਮੇਰੇ ਗਲ ਪੈ ਗਈ। ਕੀ ਦੱਸਾਂ ਵੀਰੇ, ਚਾਹ ਨਾ ਪਾਣੀ, ਅਖੇ ਹਾਂ ਹਾਂ, ਤੂੰ ਇੱਥੇ ਕੀ ਕਰਨ ਆਈ ਆ, ਤੂੰ ਤਾਂ ਤੀਜੇ ਦਿਨ ਬੈਗ ਚੱਕ ਕੇ ਆ ਜਾਂਦੀ ਆ, ਮੇਰੇ ਮਾਰਨ ਤੱਕ ਗਈ ਵੀਰੇ। ਮੈਂ ਕੀ ਕਹਿੰਦੀ ਵੀਰੇ, ਤੈਨੂੰ ਪਤਾ ਮੈਂ ਕਿੰਨਾ ਕੁ ਬੋਲਦੀ ਆ, ਮੇਰਾ ਤਾਂ ਬੋਲ ਹੀ ਨਹੀਂ ਨਿਕਲਿਆ ਭਾਬੀ ਮੂਹਰੇ ਮੈਨੂੰ ਤਾਂ। ਮੈਂ ਕਿਹਾ ਜੇ ਮੇਰੇ ਨਾਲ ਮੇਰਾ ਕੋਈ ਆਪਦਾ ਨਹੀਂ ਖੜੂਗਾ ਤਾਂ ਹੋਰ ਕੌਣ ਖੜੂ ਵੀਰੇ। ਵੀਰੇ ਸੌਣ ਲੱਗੇ, ਤੇਰੀ ਭੈਣ ਨਹੀਂ ਬਚਦੀ ਵੀਰੇ, ਮੈਂ ਤਾਂ ਮਰ ਜੂੰਗੀ, ਮੈਂ ਤਾਂ ਬਾਹ ਲੈਣੀ ਆ। ਤੂੰ ਛੇਤੀ ਆ ਜਾ ਵੀਰੇ, ਹਾੜੇ ਹਾੜੇ ਤੂੰ ਛੇਤੀ ਆ ਜਾ, ਤੇਰੀ ਭੈਣ ਨਹੀਂ ਬਚ। ਚੰਗਾ ਵੀਰੇ ਆ ਜਾ ਛੇਤੀ। ਨਾ ਹੋਰ ਲਾਲਾ ਲੂਤੀਆਂ, ਹੋਰ ਲਾਲਾ, ਆਪਦਾ ਘਰ ਤਾਂ ਪੱਟਿਆ ਹੀ, ਹੁਣ ਮੇਰਾ ਪੱਟਣ ਨੂੰ ਫਿਰਦੀਆਂ ਹੈ। ਨਹੀਂ ਕੀ ਹੈ ਤੈਨੂੰ, 5 ਮਿੰਟ ਬੈਠ ਕੇ ਮੇਰੇ ਭਰਾ ਨਾਲ ਗੱਲ ਵੀ ਨਹੀਂ ਕਰਨ ਦਿੰਦੀ। ਆ ਜੇ ਆ ਕੇ ਆ ਗਈ, ਸ਼ਾਮ ਨੂੰ ਹੀ ਆਉਣਾ, ਆ ਜਾਊਗਾ, ਕਰ ਲਈ ਗੱਲ। ਕੋਈ ਨਹੀਂ, ਫਿਰ ਤੇਰਾ ਤੇ ਢਿੱਡ ਦੁਖਦਾ, ਮੇਰਾ ਭਰਾ ਹੈ, ਮੈਂ ਕੁਛ ਮਰਜ਼ੀ ਕਹਾਂ। ਤੇਰਾ ਭਰਾ ਲੱਗਿਆ ਡੀਸੀ ਕਰਾਊ ਫੈਸਲੇ ਜਿਹੜੇ ਆ ਕੇ। ਕੋਈ ਨਹੀਂ, ਬਥੇਰਾ ਡੀਸੀ ਲੱਗ ਜੂਗਾ ਉਹ, ਤੂੰ ਆਪਦਾ ਦੇਖ, ਮੂੰਹ ਨਹੀਂ ਮੱਥਾ ਨਹੀਂ। ਤੇਰਾ ਬੜਾ ਸੋਹਣਾ, ਤਾਂ ਹੀ ਤਾਂ ਛਿੱਤਰ ਖਾ ਕੇ ਆਉਣੀ ਹੈ, ਜੇ ਤੇਰੀ ਜਵਾਨ ਚੱਜਦੀ ਨਹੀਂ ਤਾਂ ਹੀ ਖਾ ਕੇ ਆਈ ਹੈ ਛਿੱਤਰ, ਮੇਰਾ ਘਰ ਤੋਂ ਪੱਟਦੀ ਹੈ ਭੈਣੇ, ਬਖਸ਼ ਦੇ ਮੈਨੂੰ, ਬਖਸ਼ ਦੇ। ਕੋਈ ਨਹੀਂ, ਬਖਸ਼ੀ ਪਈ ਹੈ, ਤੂੰ ਬਾਕੇ ਅੰਦਰ ਕੰਮ ਕਰ ਲੈ, ਬਖਸ਼ ਦੇ ਮੈਨੂੰ, ਬਖਸ਼ਣ ਨੂੰ ਦੱਸ ਗਈ। ਦੁਖੀ ਕੀਤਾ ਪਿਆ ਮੈਨੂੰ ਸਾਰੇ ਜਾਣਿਆਂ ਨੇ, ਜਿਹੜਾ ਆਉਂਦਾ ਰੋਬ ਮਾਰ ਕੇ ਤੁਰ ਜਾਂਦਾ, ਆਦੋ ਹੋਈ ਪਈ ਆ, ਆਉਣ ਦੇ ਮੇਰੇ ਭਰਾ ਨੂੰ, ਤੇਰਾ ਟੂਕਣਾ ਨਾ ਕਟਾਇਆ ਨਾ, ਮੈਨੂੰ ਵੀ ਕੀ ਜਾਣੇਗੀ ਤੂੰ, ਬੈਤਲ ਕਿਸੇ ਤਾਂ ਦੀ। ਲੈ ਫੜ, ਆਖੇ ਤਾਂ ਲੱਗਣਾ ਨਹੀਂ ਹੁੰਦਾ ਤੂੰ ਕਿਸੇ ਕੰਜਰ ਦੇ। ਕੀ ਹੋ ਗਿਆ? ਮੈਂ ਤੈਨੂੰ ਆਈ ਕਹੀ ਜਾਂਦੀ ਆ, ਮੈਂ ਪੰਡਾ ਭਰ ਤੈਨੂੰ ਚੁਕਾ ਦੇਣੀ ਆ, ਅੰਦਰ ਸਵਾਤ ਭਰ ਦੇ ਪਰੇ। ਓਏ ਤੂੰ ਤਾਂ ਪੰਡ ਬਣੀ ਪਈ ਆ, ਤੂੰ ਮੈਨੂੰ ਪੰਡਾ ਕਿੱਥੇ ਚੁਕਾ ਦੇਂਗੀ? ਬੰਦੇ ਪੁੱਛੇ ਹੋਇਆ ਕੱਲ ਨੂੰ ਆ ਜਾਣਗੇ, 2-3 ਘੰਟੇ 'ਚ ਪਾ ਕੇ ਪਰੇ ਕਰਾਂਗੇ। ਤੇਰੇ ਬੰਦੇ ਨਹੀਂ ਆਉਂਦੇ, 3 ਦਿਨ ਹੋ ਗਏ, ਜੇ ਰਾਤ ਨੂੰ ਹਨੇਰੀ ਆ ਗਈ ਅੱਗ ਲਾਉਣਾ ਸਾਰਾ ਘਰ ਭਰ ਜੂਗਾ, ਫਿਰ ਮੇਰੀ ਜਾਨ ਨੂੰ ਸਿਆਪਾ ਪੈ ਜੂਗਾ। ਓ ਕਿਧਰੇ ਨਹੀਂ ਹਨੇਰੀ ਆਉਂਦੀ ਹੈਗੀ, ਤੂੰ ਆਹੀ ਸੁੱਖ ਭਾਲਦੀ ਆ, ਮਾੜੀ ਜਿਹੀ ਹਵਾ ਚੱਲਦੀ ਆ ਤਾਂ ਹੀ ਤਾਂ ਮੈਂ ਪਾਣੀ ਛਿੜਕੀ ਜਾਂਦਾ। ਛਿੜਕੀ ਜਾਂਦਾ ਪਾਣੀ, ਆਖੇ ਨਹੀਂ ਲੱਗਦਾ ਹੈਗਾ, 3 ਦਿਨ ਹੋ ਗਏ ਉਰੇ ਪਈ ਨੂੰ, ਉਡ ਉਡ ਅੰਦਰ ਜਾਈ ਜਾਂਦੀ ਹੈਗੀ। ਓ ਕਿਧਰੇ ਨਹੀਂ ਜਾਂਦੀ ਉਡ ਉਡ, ਤੇਰੀਆਂ ਵੀ ਉਹੀ ਗੱਲਾਂ, ਫਿਰ ਹੁਣ ਮੈਂ ਦੱਸ ਕਿੱਥੇ ਸਟਿਆਉਂਦਾ ਇਹਨੂੰ, ਉਹਦੇ ਬੰਦੇ ਘੱਟ ਸੀਗੇ, ਨਹੀਂ ਉਦੀ ਅੰਦਰ ਪਾ ਦਾਂ ਦੇਣੀ ਤੂੜੀ ਨੂੰ। ਬੀਬੀ ਵੀ ਆਈ ਜਾਂਦੀ ਹੈ। ਬੀਬੀ ਕਿੱਧਰ ਗਈ ਸੀ? ਉਧਰ ਗਈ ਸੀ ਉਹਨਾਂ ਦੇ ਘਰੇ। ਅੱਛਾ, ਲੈ ਫਿਰ ਖਬਰ ਸਰ ਕੀ ਕਹਿੰਦੇ ਆ ਉਹ।
ਅੰਦਰ ਪਾ ਦਿਓ ਭਰਾ, ਨਿਬੇੜ ਦਿਓ ਪੰਗਾ, ਇੰਨੀ ਖੇਚਲਾ ਕਰਨੀ ਕੀ ਸੌਖੀ ਪਈ ਹੈ? ਉਹ ਬੀਬੀ ਬੰਦੇ ਪੁੱਛੇ ਹੋਇਆ, ਕੱਲ ਨੂੰ ਆਉਣਗੇ, ਉਹ ਕਹਿੰਦੇ ਭਾਈ 3-4 ਘੰਟੇ ਲੱਗਣਗੇ ਪਾ ਕੇ ਪਰੇ ਕਰਾਂਗੇ। ਬਈ ਚੱਲ ਠੀਕ ਹੈ, ਤੂੰ ਤਾਂ ਆਪਦੀ ਜਿੱਦ ਪਗਾਉਣਾ ਹੁਣ ਆਪਾਂ ਗੱਲ। ਉਹ ਬੀਬੀ ਜਿੱਦ ਕਾਹਦੀ ਆ, ਉਹ ਮੇਰੀ ਹੁਣ ਤੈਨੂੰ ਪਤਾ ਮਸਾਂ ਦਾ ਬਾਂਹ ਠੀਕ ਹੋਈ ਆ, ਹੈ ਮੈਂ ਬੜਾ ਭਾਰ ਨਹੀਂ ਚੱਕਣਾ ਹੈਗਾ, ਇੱਕ ਮਥੋਂ ਪੰਡ ਪੁੰਡ ਨਹੀਂ ਗੱਠ ਨਹੀਂ ਬਝਾਈ ਬਣਾਈ ਜਾਂਦੀ ਹੈਗੀ। ਕੋਈ ਨਹੀਂ ਕੋਈ ਨਹੀਂ, ਹੈ ਬੀਬੀ ਜਾਈ ਉੱਧਰ, ਕੀ ਕਹਿੰਦੇ ਫਿਰ? ਜਾਈ ਤੈਨੂੰ ਪਤਾ ਕਹਿਣਾ ਕੀ ਹੈ, ਪੈਰ 'ਤੇ ਪਾਣੀ ਨਹੀਂ ਪੈਣ ਦਿੱਤਾ ਚਾਚੀ ਨੇ, ਉਹ ਤਾਂ ਤੇਰਾ ਬਾਪ ਹੀ ਹੈ ਜਿਹੜੀ ਸਾਰੀ ਗੱਲ ਉਹਨਾਂ ਦੇ ਘਰ ਜਾ ਕੇ ਦੱਸਦਾ, ਐਡਾ ਰੌਲਾ ਪੈ ਗਿਆ ਪਰ ਦੋਹੇ ਜੀ ਆਉਂਦੇ ਵਾਲਾ ਸਾਹ ਨਹੀਂ ਕੱਢਿਆ। ਅੱਛਾ ਗੱਲ ਤੇ ਗੱਲ ਆਉਣ ਨਹੀਂ ਦਿੱਤੀ, ਫਿਰ ਜਮਾਂ ਵੀ ਨਹੀਂ ਆਉਣ ਦਿੱਤੀ। ਬੂਹਾਂ ਮਰ ਜਾ, ਉਹ ਤੀਜੀ ਤੇਰੀ ਭੂਆ ਵਿੱਚ ਟੰਗ ਫਸਾਵੇ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ। ਮੈਂ ਕਿਹਾ ਮੈਨੂੰ ਐਂ ਦੱਸ, ਇੰਨਾ ਰੌਲਾ ਪਾਉਂਦੀ ਉਹ ਅੱਡੇ 'ਤੇ ਭੱਜੀ ਹੈ ਬਿਨਾਂ ਗੱਲਬਾਤ ਤੋਂ ਭੱਜੀ ਹੈ? ਨਾ ਕਹਿ ਜੇ ਸਾਡੇ ਘਰੇ ਕੋਈ ਮਾੜੀ ਜੀ ਗੱਲ ਹੋ ਜੇ ਉਹਦਾ ਤਾਂ ਤੁਸੀਂ ਐਂ ਡੌਂਡਾ ਚੱਕ ਲੈਂਦੇ ਹੋਗੇ ਵੀ ਇਹਨਾਂ ਘਰੇ ਪਤਾ ਨਹੀਂ ਕੀ ਹੋ ਗਿਆ, ਹੁਣ ਤੁਹਾਡੀ ਇਕੱਲੀ ਬਾਹਰ ਤੁਰੀ ਜਾਂਦੀ ਸੀ, ਹੁਣ ਤੁਹਾਡੀ ਸ਼ਰਮ ਹੀ ਨਹੀਂ ਲੈ ਗਈ ਸਾਰੀ? ਫਿਰ ਆਪਦੀ ਇੱਜ਼ਤ ਪਿਆਰੀ ਹੁੰਦੀ ਆ, ਦੂਜੇ ਦੀ ਇੱਜ਼ਤ ਨਹੀਂ ਪਿਆਰੀ ਹੁੰਦੀ। ਤੈਨੂੰ 20 ਵਾਰੀ ਤਾਂ ਸਮਝਾਤਾ ਮੈਂ ਵੀ ਭਾਈ ਉਹਨਾਂ ਨੇ ਤਾਂ ਹੱਥ ਚੱਕੀ ਹੋਈ ਆ ਹੁਣ। ਭਾਈ ਮੇਰੀ ਗੱਲ ਸੁਣ ਲੈ, ਆ ਕੇ ਘਰ ਦਾ ਜੋਗੀ ਜੋਗ ਨਾ, ਬਾਹਰ ਦਾ ਜੋਗੀ ਸਿੱਧ। ਤੇਰਾ ਬਾਪ ਉਹਨਾਂ ਨੂੰ ਸਿੱਧ ਮੰਨਦਾ, ਆਪਾਂ ਨੂੰ ਮੰਨਦਾ ਨਹੀਂ, ਤਾਂ ਹੀ ਜਾ ਕੇ ਆਪਣੀਆਂ ਗੱਲਾਂ ਕਰਦਾ। ਗੱਲ ਤਾਂ ਤੇਰਾ ਬਾਪ ਆਪਣੇ ਘਰ ਦੀ ਸਾਰੀ ਜਾ ਕੇ ਉਹਨਾਂ ਕਹਿੰਦੀ ਕਰਦਾ, ਜਿਹੜਾ ਕਾਕੇ ਨੇ ਨਾ ਝੂਠਾ ਨਾ ਸੱਚਾ ਤੇਰੇ ਬਾਪ ਮੂਹਰੇ ਹੰਗਾਰਾ ਵੀ ਨਹੀਂ ਦਿੱਤਾ ਵੀ ਹਾਂ ਸਾਡੇ ਕੀ ਗੱਲ ਹੋਈ ਤੀ। ਬਾਈ ਕੁਛ ਨਹੀਂ ਹੋਇਆ, ਬਾਈ ਕੁਛ ਨਹੀਂ ਹੋਇਆ, ਪੂਰੀ ਗੱਲ ਉਹਨੂੰ ਦੱਸ ਕੇ ਨਹੀਂ ਦਿੱਤੀ। ਨਹੀਂ ਮਾਂ, ਆਪਾਂ ਨੂੰ ਕਿੱਥੇ ਗੱਲ ਦੱਸਦੇ ਨੇ, ਉਹ ਤਾਂ ਆਪਣੀਆਂ ਗੱਲਾਂ ਸੁਣਨ ਜਾਣਦੇ ਨੇ, ਉਹ ਨਹੀਂ ਦੱਸਦੇ ਕਿਸੇ ਨੂੰ। ਸੁਣਾਉਂਦਾ ਕੌਣ ਹੈ? ਤੇਰਾ ਪਿਓ ਨਾ ਸੁਣਾਵੇ, ਉਹ ਕੀ ਪੁੱਛਣ ਆਉਂਦੇ ਨੇ ਆਪਾਂ ਨੂੰ? ਇਹਦਾ ਦਿਲ ਮਿਲਦਾ ਉਹਨਾਂ ਨਾਲ, ਮਨ ਮਿਲਦਾ, ਦਿਲ ਹੌਲਾ ਕਰਕੇ ਆਉਂਦਾ ਵੀਰ ਉਹਨਾਂ ਦੇ ਘਰੇ ਜਾ ਕੇ। ਮੇਰੀ ਗੱਲ ਸੁਣੀ ਮਾਂ? ਮੇਰੀ ਗੱਲ ਸੁਣ, ਮੈਨੂੰ ਤਾਂ ਲੱਗਦਾ ਸਾਰੇ ਸਿਆਪਾਂ ਦੀ ਜੜਨਾ ਉਹ ਭੂਆ ਗਈ, ਉਹ ਇੱਥੇ ਬਹਾਈ ਬੈਠੇ ਨੇ ਉਹਨੂੰ ਆਪਦੇ ਪਿੰਡ ਤੋਰਦਾ ਨਾ, ਉਹ ਮੈਨੂੰ ਤਾਂ ਲੱਗਦਾ ਉਹੀ ਇਹਨਾਂ ਨੇ ਉਸ ਬਹੂ ਨੂੰ ਉਸੇ ਨਹੀਂ ਕਟਵਾਇਆ ਹੋਊਗਾ। ਵੇ ਮੇਰੀ ਗੱਲ ਸੁਣ ਲੈ ਕਰਮਿਆ, ਜੇ ਨੂੰਹਾਂ ਨਾਲ ਕੱਟੇ ਤਾਂ ਉਹਨੂੰ ਕੋਈ ਘਰੇ ਰੱਖੂ, ਜਦੋਂ ਨੂੰਹਾਂ ਨਾਲ ਤਾਂ ਕੱਟਦੀ ਨਹੀਂ। ਉਹ ਤੇਰਾ ਫੁੱਫੜ ਹੈ ਦੇਖ, 2 ਗੇੜੇ ਮਾਰ ਗਿਆ, ਡਰਦਾ ਉਰੀ ਛੱਡ ਜਾਂਦਾ ਪਰ ਉਹਨੂੰ ਲੈ ਕੇ ਨਹੀਂ ਜਾਂਦਾ ਵੀ ਘਰੇ ਉੱਥੇ ਜਾ ਕੇ ਹੋਰ ਕੰਡੇਰ ਬੀਜੂਗੀ। ਉਹ ਤਾਂ ਪਤਾ ਹੀ ਆ, ਹੁਣ ਤਾਂ ਹੀ ਇੱਥੇ ਛੱਡ ਜਾਂਦਾ ਵੀ ਵਿਚਾਰਾ ਕਲੇਸ਼ ਟਿਕਿਆ ਹੋਇਆ ਇੱਥੇ ਬੈਠਾ, ਠੀਕ ਆ ਬਸ। ਉਹੀ ਸਿਆਪੇ ਇੱਥੇ ਸੇੜੀ ਜਾਂਦੀ ਹੈ, ਉਹੀ ਤਾਂ ਗੱਲ ਆ, ਬਾਅਦ 'ਚ ਉਹੀ ਹੋਰ ਕਢਾਉਂਦੀ ਹੈ, ਉਹ ਕਿਹੜਾ ਘੱਟ ਰਹਿੰਦੀ ਹੈ। ਉਹ ਚੱਲ ਛੱਡ ਪਰੇ, ਆਪਾਂ ਬੀਬੀ ਕਿਸੇ ਦੇ ਘਰ ਤੋਂ ਕੀ ਲੈਣਾ, ਆਪਾਂ ਆਪਦਾ ਘਰ ਦੇਖੀਏ। ਇਹਨੂੰ ਤਾਂ ਮੂੰਹ ਪੈ ਗਿਆ ਹੁਣ, ਇਹਦਾ ਤੀਜੇ ਦਿਨ ਜਿਹਦਾ ਜੀ ਕਰਦਾ ਉਸ ਨੂੰ ਕੁੱਟ ਸਿੱਟਦੇ ਨੇ। ਤੂੰ ਮੈਨੂੰ ਐਂ ਦੱਸ ਬਾਪੂ ਕੀ ਕਹਿੰਦਾ? ਬਾਪੂ ਨੇ ਕੀ ਕਹਿਣਾ ਹੈ, ਬਾਪੂ ਤਾਂ ਮਸਾਂ ਲਈ ਤਾਂ ਆਇਆ, ਹੁਣ ਤੂੰ ਜਿਹੜਾ ਕੋਈ ਕਾਗਜ਼ ਪੱਤਰ ਲਿਵਟ ਲੁਵਟ ਦਾ ਕਰਾਉਣਾ ਹੈ ਉਹ ਕਰਾ ਲੈ, ਮਸਾਂ ਮੰਨਿਆ ਉਹ ਬਈ ਮੰਨਣਾ ਉਹਨੇ ਹੁਣ ਹੈਗਾ ਹੀ ਹੈ, ਉਹਨੂੰ ਪਤਾ ਲੱਗੀ ਜਾਂਦਾ ਵੀ ਹਾਂ ਕਾਕੇ ਕਹਿੰਦੇ 'ਚ ਕਮੀਆਂ ਨੇ, ਆਪੇ ਲਈ ਤਾਂ ਆਇਆ ਹੁਣ, ਪਹਿਲਾਂ ਪੈਰ 'ਤੇ ਪਾਣੀ ਉਹ ਵੀ ਨਹੀਂ ਪੈਣ ਦਿੰਦਾ ਤੀ। ਹਾਂ ਬੀਬੀ, ਕਾਗਜ਼ ਪੱਤਰ ਤਾਂ ਮੈਂ ਤਿਆਰ ਕਰੀ ਬੈਠਾ ਗਾ, ਮੈਂ ਨਾ ਉਹਨੂੰ ਕਿਹਾ ਸੀਗਾ ਬੈਂਕ ਮੈਨੇਜਰ ਨੂੰ। ਅੱਛਾ। ਮੈਂ ਕਿਹਾ ਜੀ ਮੇਰੇ ਬਾਪੂ ਰਹਿੰਦਾ ਢਿੱਲਾ ਵੀ ਬਾਹਲਾ ਤੁਰਿਆ ਫਿਰਿਆ ਨਹੀਂ ਜਾਂਦਾ ਵੀ ਲੈ ਕੇ ਆਵਾਂਗੇ ਸਰ ਜੂਗਾ, ਉਹ ਕਹਿੰਦਾ ਕੋਈ ਗੱਲ ਨਹੀਂ ਵੀ ਸਰ ਜੂਗਾ, ਇੱਕ ਉਹਦੀ ਛੋਟੀ ਫੋਟੋ ਲਿਆਈ ਕਹਿੰਦਾ, ਬਾਕੀ ਗੁੱਠੇ ਗੱਠੇ ਬਈ ਤੂੰ ਘਰੋਂ ਲਵਾ ਲਈ, ਮੈਂ ਤੇਰਾ ਇੰਨਾ ਫਾਇਦਾ ਕਰ ਦੂੰ ਕਹਿੰਦਾ। ਵੀ ਕੋਈ ਨਹੀਂ, ਹੁਣ ਤਾਂ ਧੀਜਿਆ ਹੋਇਆ, ਮੈਨੂੰ ਲੱਗਦਾ ਗੁੱਠੇ ਗੱਠੇ ਉਹ ਆਪੇ ਹੀ ਲਾ ਦੂਗਾ, ਹੁਣ ਤਾਂ ਉਹ ਵੀ ਕਹਿੰਦਾ ਵੀ ਹਾਂ ਮੋਟਰ ਦਾ ਫਾਹਾ ਭਰਾ ਅੱਡ ਵੱਢਿਆ ਜਾਵੇ ਮੇਰੇ ਜਿਉਂਦੇ ਜਿਉਂਦੇ, ਉਹਦੇ ਵੀ ਹੁਣ ਹੱਡ ਹਾਰੇ ਪਏ ਨੇ, ਪਹਿਲਾਂ ਵਾਲੀ ਹੈਂਗੜੀ ਕਰ ਮੈਂ ਹੁਣ ਆਏ ਨਹੀਂ। ਮੈਂ ਤਾਂ ਬੀਬੀ ਐਂ ਕਹਿਣਾ ਵੀ ਜੇ ਗੁੱਠੇ ਗੱਠੇ ਤੂੰ ਲਵਾ ਲੈ, ਪਤਾ ਕੀ ਆ ਮੇਰਾ ਤਾਂ ਨਾ ਮਨ 'ਚ ਹਾਲੇ ਵੀ ਡਰ ਜਾ ਵੀ ਪਤਾ ਨਹੀਂ ਮੇਰਾ ਯਕੀਨ ਕਰੂ ਉਹ, ਪਤਾ ਨਹੀਂ ਕਰੂ। ਜੇ ਗੂਠਾ ਤੂੰ ਲਵਾ ਕੇ ਮੈਨੂੰ ਕਾਗਜ਼ ਦੇ ਦੇ, ਚੱਲ ਮੈਂ ਜਾ ਕੇ ਵਿੱਚ ਨੂੰ ਫੜਾਇਆ ਵਾਂ, ਆਪਣਾ ਕੰਮ ਬਣ ਜੂ ਬੈਂਕ 'ਚ। ਕਾਗਜ਼ ਪੱਤਰ ਤਾਂ ਤਿਆਰ ਕਰ ਲੈ, ਜਦ ਗੂਠਾ ਲਵਾਉਣ ਦਾ ਟਾਈਮ ਆਇਆ ਮੈਂ ਆਪੇ ਉਹ ਤੋਂ ਗੂਠਾ ਲਵਾ ਦੂੰਗੀ, ਗੂਠੇ ਲਵਾਉਣ ਦੀ ਸੋਚ ਨਾ ਕਰ, ਮੈਂ ਆਪੇ ਲਵਾ ਦੂੰ। ਕਾਗਜ਼ ਪੱਤਰ ਤਾਂ ਸਾਰੇ ਤਿਆਰ ਪੈ ਰਹੇ, ਮੈਂ ਤਾਂ ਜਾ ਕੇ ਮੈਨੇਜਰ ਤੋਂ ਫੜ ਕੇ ਲੈ ਕੇ ਆਉਣੇ ਆ, ਤੜਕੇ ਜਾ ਕੇ ਮੋਟਰਸਾਈਕਲ ਦੇ ਘੰਟੇ 'ਚ ਫੜ ਲਿਆ। ਬਸ ਫੜ ਲਿਆ, ਫੜ ਲਿਆ, ਹੁਣ ਗੱਡੀ ਲੈਣ 'ਤੇ ਆਈ ਹੋਈ ਹੈ। ਜੇ ਗੱਡੀ ਲੈਣ ਤੋਂ ਰਹਿ ਗਈ ਕਿ ਉਹਨਾਂ ਨੇ ਲਾ ਦੇਣੇ ਕੋਈ ਨਾ ਕੋਈ ਉਂਗਲ, ਫਿਰ ਉਹੀ ਗੱਲ ਹੈ ਕਿ ਆਪਣੇ ਘਰੇ ਭਜਾਲ ਪਈਜੂ। ਹੁਣ ਉਹਨਾਂ ਦੇ ਘਰੇ ਭਜਾਲ ਪਿਆ ਹੋਇਆ, ਆਪਣੇ ਘਰ 'ਚ ਉਹ ਭਜਾਲ ਪਾ ਨਹੀਂ ਸਕਦੇ, ਨਾ ਆਪਣੇ ਘਰ ਦੀ ਗੱਲ ਕਰ ਸਕਦੇ ਨੇ, ਉਹਨਾਂ ਦਾ ਆਪਦਾ ਤਾਣਾ ਉਲਝਿਆ ਪਿਆ। ਹੋਰ ਇਹੀ ਤਾਂ ਮੈਨੂੰ ਗੱਲ ਦਾ ਡਰ ਆ
ਵੀ ਚੱਲ ਮੈਨੂੰ ਐਂ ਵੀ ਆਪਦੇ ਘਰ ਦੇ ਜਿਹੜੇ ਚਾਰ ਸਿੱਲੜ ਆਉਣਗੇ ਨਾਲੇ ਤਾਂ ਮੂਹਰੇ ਜੀਰੀ ਮੇਰੇ ਕੰਮ ਆ ਜਾਣਗੇ ਨਾਲੇ ਜਿਹੜੇ ਆ ਕਿਸੇ ਦੇ ਹੋਰ ਲੈਣਾ ਦੇਣਾ ਚੱਲ ਇਹ ਉੱਤਰ ਜੂਗਾ ਇੱਕ ਵਾਰੀ ਸੁਰਖਰੂ ਹੋ ਜਾਵਾਂਗੇ ਹੁਣ ਤੈਨੂੰ ਪਤਾ ਬਾਪੂ ਦੀ ਦਵਾਈ 'ਤੇ ਬਾਹਲਾ ਖਰਚਾ ਹੋ ਗਿਆ ਬੀਬੀ ਫਿਰ ਹੁਣ ਖਰਚਾ ਤਾਂ ਤੈਨੂੰ ਪਤਾ ਕਰ ਮੈਂ ਕਰਨਾ ਹੀ ਪੈਂਦਾ ਜਦ ਬੰਦਾ ਢਿੱਲਾ ਮਠਾ ਰਹਿੰਦਾ ਹੈ ਫਿਰ ਉਹਦੇ 'ਤੇ ਪੈਸਾ ਤਾਂ ਲੱਗਣ ਨੂੰ ਹੀ ਹੁੰਦਾ ਹੋਰ ਬਾਹਲਾ ਬੁਰਾ ਹਾਲ ਸੀਗਾ ਮੈਂ ਤਾਂ ਐਂ ਸੀ ਮੈਂ ਠੀਕ ਹੋ ਜੂ ਬਾਪੂ ਪਤਾ ਨਹੀਂ ਇਹਨੂੰ ਦਿਨੋਂ ਦਿਨ ਕੀ ਹੁੰਦਾ ਜਾਂਦਾ ਸਮਾਂ ਦੀ ਬੀਤਦਾ ਰਹਿ ਜਾਂਦਾ ਕੋਈ ਨਾ ਫਿਰ ਹੁਣ ਤਾਂ ਠੀਕ ਹੈਗਾ ਉਹ ਨਾ ਤੂੰ ਉਹ ਬਾਹਲਾ ਕਰਿਆ ਕਰ ਨੀ ਮਾਂ ਮੇਰੀ ਐਂ ਤਾਂ ਗੱਲ ਸੁਣ ਲਾ ਮੈਂ ਤਾਂ ਵਿੱਚ ਹੀ ਰਹਿ ਗਈ ਮੇਰੀ ਗੱਲ ਤਾਂ ਮੈਂ ਪੁੱਛਦੀ ਸੀ ਵੀ ਉਹ ਹਰਜੀਤ ਦੀ ਬਹੂ ਮੁੜ ਆਈ ਕਿ ਬਾਗੀ ਫਿਰ ਲੈ ਉਹ ਮੁੜਨ ਵਾਸਤੇ ਘਰੋਂ ਗਈ ਹੈ ਭਲਾ ਉਹੀ ਤੇਰੀਆਂ ਕਮਲੀਆਂ ਗੱਲਾਂ ਆਪਣੇ ਵਾਲੀ ਲੜਾਈ ਨਹੀਂ ਹੈਗੀ ਵੀ ਹਾਂ ਮੂੰਹ ਦੀ ਲੜਾਈ ਹੈ ਬਾਈ ਅਗਲੀ ਕੁੱਟੀ ਹੈ ਅਗਲੀ ਕਿਉਂ ਮੁੜੂਗੀ ਅਗਲੀ ਤਾਂ ਆਪਣੇ ਪੇਕਿਆਂ ਨੂੰ ਜਾ ਕੇ ਦੱਸੂ ਭੋਰਾ ਵੀ ਨਹੀਂ ਮੁੜਦੀ ਉਹ ਮੈਨੂੰ ਤਾਂ ਐਂ ਸੀ ਕੀ ਪਤਾ ਮਗਰ ਹਰਜੀਤ ਵਰਗਾ ਵਾਗਿਆ ਹੋਵੇ ਨਾ ਬੱਸ ਚੜ੍ਹੀ ਹੋਵੇ ਲੈ ਆਇਆ ਹੋਵੇ ਘਰੇ ਬੜੀ ਡਾਹ ਦਿੰਦੀ ਆ ਉਹਨਾਂ ਨੂੰ ਉਹ ਹੈ ਨਹੀਂ ਉਹ ਤੈਨੂੰ ਨਹੀਂ ਪਤਾ ਹੈਗਾ ਉਹ ਬਹੁਤ ਚਲਾਤਰ ਹੋ ਗਏ ਉਹਨੂੰ ਤਾਂ ਸਾਰਾ ਟੱਬਰ ਮੂਹਰੇ ਲਾ ਰੱਖਿਆ ਇਹ ਆਵਨ ਨਹੀਂ ਹੈਗੀ ਵੀ ਹਾਂ ਉਹਨਾਂ ਦੀ ਬਣ ਕੇ ਬਹਿ ਜੂਗੀ ਇਹ ਨਹੀਂ ਉਹਨਾਂ ਦੀ ਬਣਦੀ ਇਹਨੂੰ ਤਾਂ ਅੱਡ ਹੋਣ ਦੀ ਅੱਗ ਲੱਗੀ ਹੋਈ ਹੈ ਸਮਾਂ ਆਪਾਂ ਕੀ ਕਹਿੰਦੇ ਹਾਂ ਵੀ ਹਾਂ ਅੱਡ ਹੋ ਤੂੰ ਕਿਉਂ ਨਾਲ ਰਹਿੰਦੀ ਹੈ ਆਪਾਂ ਤਾਂ ਫਿਰ ਜਿਵੇਂ ਆਪਣੇ ਘਰੇ ਅੱਗ ਲਾਉਂਦੇ ਤੇਰੀ ਚਾਚੀ ਆਪਾਂ ਫਿਰ ਅੱਗੇ ਲਾਵਾਂਗੇ ਵਜਾਵਾਂਗੇ ਕਿਉਂ ਨਾ ਫਿਰ ਤੂੰ ਚਾਰ ਗੱਲਾਂ ਸੁਣਾਤਾ ਆਉਣੀਆਂ ਸੀ ਵੀ ਤੂੰ ਤਾਂ ਮੇਰੀ ਨੂੰਹ ਨੂੰ ਕਹਿੰਦੀ ਸੀ ਮੇਰੀ ਨੂੰਹ ਤਾਂ ਜਿਹੋ ਜਿਹੀ ਮਰਜ਼ੀ ਹੈ ਮੇਰੇ ਘਰੇ ਤਾਂ ਬੈਠੀ ਹੈਗੀ ਆ ਤੁਹਾਡੇ ਵਾਲੀ ਦੇਖ ਲੈ ਬਾਹਰ ਤੁਰੀ ਫਿਰਦੀ ਹੁਣ ਬਥੇਰੀਆਂ ਸੁਣਾਈਆਂ ਨੇ ਬਥੇਰੀਆਂ ਸੁਣਾਈ ਮੈਂ ਕੋਈ ਕਮੀ ਨਹੀਂ ਛੱਡੀ ਨਾ ਕਾਕੇ ਨੂੰ ਕਹਿਣ ਵਾਲੀ ਨਾ ਤੇਰੀ ਚਾਚੀ ਨੂੰ ਕਹਿਣ ਵਾਲੀ ਆਪਾਂ ਤਾਂ ਸਾਰੀਆਂ ਗੱਲਾਂ ਕਹਿ ਕੇ ਆਇਆ ਉਹ ਚੱਲ ਬੀਬੀ ਕਿਉਂ ਕਿਸੇ ਦੀ ਮੈਲ ਧੋਤੀ ਆ ਜਾ ਸੋਹਣੀ ਆਇਆ ਕਰ ਘੁੱਟ ਚਾਹ ਬਣਾ ਲਾਇਆ ਮੇਰਾ ਤਾਂ ਸਿਰ ਜਾ ਦੁਖੀ ਜਾਂਦਾ ਉਹ ਖੇਤ ਥੋੜਾ ਜਿਹਾ ਕੰਮ ਰਹਿੰਦਾ ਮੈਂ ਭੱਜ ਕੇ ਜਾ ਕੇ ਕਰਿਆ ਮੇਰੀ ਗੱਲ ਸੁਣ ਫਿਰ ਆ ਬਾਲਟੀਆਂ ਲਿਆ ਭਰ ਕੇ ਲਿਆ ਮੈਂ ਚਾਹ ਧਰਦੀ ਮੈਂ ਚੱਕ ਲਿਆਉਣਾ ਚੱਲ ਇਹਦਾ ਹੀਲਾ ਕਰਦੇ ਪੁੱਤ ਕੋਈ ਨੀਰੇ ਦਾ ਪਰਾਂ ਬੀਬੀ ਕੱਲ ਨੂੰ ਵਾ ਬੰਦੇ ਆ ਜਾਣਗੇ ਕੱਲ ਨੂੰ ਪਾ ਦੇਵਾਂਗੇ ਹੋਰ ਚੱਲ ਮੈਂ ਦੇਖਦੇ ਚਾਹ ਜੂ ਤੁਹਾਡਾ ਕੰਮ ਕਰ ਨਾਲੇ ਮੈਂ ਪੀ ਲੈਣੀ ਪੁੱਤ ਚਾਹ ਦੀ ਓਹੋ ਕਿਹਾ ਤਾਂ ਉਹਨਾਂ ਨੇ ਵੀ ਦੀ ਵੀ ਚਾਹ ਪੀ ਕੇ ਜਾਈ ਪਰ ਕਿੱਥੇ ਲੰਘਦੀ ਹੈ ਚਾਹ ਚੂ ਉਹ ਚੱਲ ਆਪਣੇ ਘਰੇ ਕਿਹੜਾ ਦੁੱਧ ਨਹੀਂ ਹੈਗਾ ਨਾ ਸਭ ਕੁਛ ਹੈ ਮੇਰੀ ਗੱਲ ਨੂੰ ਸਰਸਰੀ ਨਾ ਸਮਝੋ ਮੈਂ ਐਂ ਕਹਿੰਦਾ ਹੈ ਵੀ ਬਾਪੂ ਨੂੰ ਕਹਿ ਦਿੰਦੇ ਹਾਂ ਉਹਨੂੰ ਜਾ ਕੇ ਆਪਾਂ ਵਿਚਾਰੀ ਨੂੰ ਲੈ ਆਉਂਦੇ ਹਾਂ ਗੱਲ ਲਿਆਉਣ ਵਾਲੀ ਤਾਂ ਠੀਕ ਆ ਆ ਜਿਹੜਾ ਵਿਚਾਰੀ ਸ਼ਬਦ ਵਰਤਦੇ ਨਾ ਮੈਨੂੰ ਇਹ ਨਹੀਂ ਵਧੀਆ ਲੱਗਦਾ ਵਿਚਾਰੀ ਵਿਚੂਰੀ ਕੋਈ ਨਹੀਂ ਉਹ ਦੇਖਿਆ ਨਹੀਂ ਬਾਪੂ ਵਰਗਿਆਂ ਦੀ ਕਿਵੇਂ ਬੇਇੱਜ਼ਤੀ ਕਰਕੇ ਗਈ ਹੈ ਕਿਸੇ ਬੰਦੇ ਨੂੰ ਨਹੀਂ ਉਹ ਢੰਗ ਨਾਲ ਬੋਲਦੀ ਸਾਰਿਆਂ ਨੂੰ ਟਿੱਚ ਸਮਝਦੀ ਹੈ ਉਹ ਚਲੋ ਤਾਂ ਮਾੜੀ ਹੈਗੀ ਹੈ ਲੋਕ ਆਪਾਂ ਨੂੰ ਮਾੜਾ ਕਹਿਣਗੇ ਲੋਕ ਆਖਣਗੇ ਵੀ ਜਠਾਣੀ ਨੇ ਦਰਾਣੀ ਘਰੋਂ ਕੱਢਤੀ ਪਤਾ ਹੀ ਆ ਲੋਕਾਂ ਨੂੰ ਵੀ ਕੌਣ ਮਾੜਾ ਤੇ ਕੌਣ ਚੰਗਾ ਮੈਂ ਉਹਨੂੰ ਕੌਣ ਹੁੰਦੀ ਆ ਘਰੋਂ ਕੱਢਣ ਵਾਲੀ ਨਾਲੇ ਮੇਰੇ ਕਹੇ ਜਾਊਗੀ ਉਹ ਆਪਦੀਆਂ ਕਰਤੂਤਾਂ ਨਾਲ ਗਈ ਹੈਗੀ ਮੈਂ ਕਦੋਂ ਕਿਹਾ ਵੀ ਉਹਨੂੰ ਲਿਆਓ ਨਾ ਲੈ ਆਓ ਜਾ ਕੇ ਆਹੀ ਤਾਂ ਉਹ ਭਾਲਦੀ ਹੈ ਵੀ ਮੈਂ ਡਰਾਮਾ ਕਰਕੇ ਜਾਵਾਂ ਤੇ ਮੁੜ ਕੇ ਮੇਰੇ ਪਏ ਹੱਥ ਲਾਉਣ ਮੈਨੂੰ ਲੱਗਦਾ ਸਾਰੇ ਟੱਬਰ ਨੂੰ ਚਿੰਤਾ ਜ਼ਿਆਦੇ ਤੈਨੂੰ ਆ ਉਹਦੀ ਉਹ ਚਿੰਤਾ ਵਾਲੀ ਗੱਲ ਨਹੀਂ ਹੈਗੀ ਮੈਂ ਤਾਂ ਇਹ ਕਹਿੰਦਾ ਵੀ ਚੱਲ ਉਹਦਾ ਘਰ ਟੁੱਟ ਜੂਗਾ ਬਚਦਾ ਬਚ ਜੂਗਾ ਕਾਹਦੇ ਵਾਸਤੇ ਨਾਲੇ ਤੈਨੂੰ ਹਜ਼ਾਰਾਂ ਵਾਰੀ ਕਿਹਾ ਵੀ ਤੂੰ ਨਾ ਬੋਲਿਆ ਕਰ ਉਹਦੀ ਗੱਲ 'ਚ ਉਹ ਤੇਰੀ ਗੱਲ ਦਾ ਗੁੱਸਾ ਕਰਦੀ ਹੈਗੀ ਮੈਂ ਤਾਂ ਕੁਛ ਨਹੀਂ ਬੋਲਦੀ ਹੈਗੀ ਗੀ ਮੈਂ ਤਾਂ ਇਹ ਕਹਿਣੀ ਆ ਵੀ ਅਗਲੀ ਗਈ ਸੀ ਬੈਠਣ ਦਿਓ 5-10 ਦਿਨ ਪਤਾ ਤਾਂ ਲੱਗਦਾ ਵੀ ਕਿਵੇਂ ਜਾਈਦਾ ਹੁੰਦਾ ਲੜ ਕੇ ਉਹ ਇੰਨੇ ਨੂੰ ਅਗਲਾ ਕੋਰਟ ਕਚਹਿਰੀ ਦੇ ਵਿੱਚ ਵਗ ਜਾਂਦਾ ਫਿਰ ਬੇੜਾ ਹੱਥੋਂ ਲੰਘ ਜਾਂਦਾ ਹੁੰਦਾ ਮੁੜ ਕੇ ਬੰਦਾ ਪਛਤਾਉਂਦਾ ਹੈਗਾ ਕਾਹਦੇ ਵਾਸਤੇ ਹੁਣ ਗੱਲ ਚੱਲ ਕੋਈ ਗੱਲ ਨਹੀਂ ਟਲਦੀ ਆ ਟਲ ਜੂਗੀ ਵਗ ਜਾਂਦੇ ਹਾਂ ਆਪਾਂ ਮਨਾ ਲਿਆਵਾਂਗੇ ਦੇਖ ਮੈਂ ਤਾਂ ਜਾਂਦੀ ਨਹੀਂ ਮੇਰਾ ਤਾਂ ਨਾ ਕੋਈ ਕੰਮ ਆ ਜਦੋਂ ਵੱਡੇ ਬੈਠੇ ਨੇ ਮਾਂ ਵਰਗੇ ਜਿਵੇਂ ਕਹਿੰਦੇ ਨੇ ਕਰ ਲਓ ਨਾ ਮੈਂ ਉਹਦੇ ਲਿਆਉਣ 'ਤੇ ਖੁਸ਼ ਹਾਂ ਨਾ ਮੈਂ ਉਹਦੇ ਜਾਣ 'ਤੇ ਖੁਸ਼ ਹਾਂ ਆਪਾਂ ਤਾਂ ਨਾ ਉਹਨੂੰ ਕੋਈ ਗੱਲ ਕਹਿਣੇ ਆ ਨਾ ਮੇਰਾ ਕੋਈ ਮਤਲਬ ਹੈ ਉਹ ਮੈਂ ਤਾਂ ਤੈਨੂੰ ਐਂ ਹੀ ਕਹਿੰਦਾ ਹੈ ਫਿਰ ਤੂੰ ਐਂ ਨਾ ਕਹਿ ਵੀ ਜਾਓ ਨਾ ਬੈਠੀ ਰਹਿਣ ਦਿਓ ਰੁੱਸ ਕੇ ਬੈਠੀ ਰਹੂਗੀ ਉਹ ਤਾਂ ਤੁਹਾਨੂੰ ਕੀ ਲੱਗਦਾ ਵੀ ਜੇ ਮੈਂ ਕਹੂੰਗੀ ਲਿਆਉਣੀ ਨਹੀਂ ਤਾਂ ਤੂੰ ਸਾਰਾ ਟੱਬਰ ਆਏਗਾ ਇਹਦੂ ਵੀ ਲਿਆਉਣੀ ਨਹੀਂ ਮਾਂ ਵਰਗੇ ਵੀ ਇਹੀ ਕਹਿੰਦੇ ਆ ਵੀ ਚੱਲ ਕੋਈ ਨਹੀਂ ਲੈ ਆਵਾਂਗੇ ਕਹਿਦੇ ਤੂੰ ਜਾ ਕੇ ਲੈ ਆਓ ਜਾ ਕੇ ਮੈਂ ਤਾਂ ਕਹਿੰਦਾ ਫਿਰ ਉਹੀ ਗੱਲ ਤਾਂ ਹੀ ਕਹਿਣਾ ਹੋ ਖੜੀ ਬਾਪੂ ਨੂੰ ਕਹਿੰਦੇ ਆ ਵੀ ਬਾਪੂ ਚੱਲ ਆਪਾਂ ਲੈ ਕੇ ਆਈਏ ਉਹਨੂੰ
ਬਾਬ ਜੋ ਫਿਰ ਮੈਂ ਤਾਂ ਕੀ ਕਰਨਾ ਗਾ, ਮੇਰਾ ਕੀ ਕੰਮ ਉੱਥੇ, ਅਗਲੀ ਮੇਰੇ ਗੱਲ ਪਊਗੀ, ਮੇਰਾ ਉਹਦੇ ਤੀਜੀ ਥਾਂ ਕੀ ਕੰਮ ਪਿਆ। ਉਹ ਤੈਨੂੰ ਨਾਲ ਜਾਣ ਵਾਸਤੇ ਨਹੀਂ ਕਹਿੰਦਾ, ਬਾਪੂ ਨੂੰ ਤਾਂ ਕਹਿ ਸਕਦੇ ਹਾਂ ਆਪਾਂ ਦੋਨੇ ਜਣੇ। ਹਾਂ ਬਾਪੂ ਨੂੰ ਤਾਂ ਮੈਂ ਕਹਿ ਦਿੰਦੀ ਹੈਗੀ, ਬਾਪੂ ਹੁਣ ਆਪ ਹੀ ਸਿਆਣਾ ਬਿਆਣਾ, ਆਪਣੇ ਨਾਲ ਤਾਂ ਜ਼ਿਆਦਾ ਸਿਆਣਾ, ਉਹਨੂੰ ਪਤਾ ਗਾ ਵੀ ਕੀ ਕਰਨਾ ਕੀ ਨਹੀਂ ਕਰਨਾ। ਉਹ ਘਰ ਦੇ ਵਿੱਚ ਜੇ ਗੱਲ ਛੇੜਾਂਗੇ ਫੇਰ ਹੀ ਗੱਲ ਤੁਰੂਗੀ, ਨਹੀਂ ਉਹ ਤਾਂ ਅਗਲੇ ਹੱਥ ਧਰ ਕੇ ਬੈਠ ਗਏ ਹੱਥ 'ਤੇ। ਕੋਈ ਨਹੀਂ, ਉਹਦੀਆਂ ਗੱਲਾਂ ਚੱਲੀ ਜਾਂਦੀਆਂ ਕੱਲ੍ਹ ਦੀਆਂ ਚਰਚੇ। ਬਾਈ ਐਂ ਕਿਉਂ ਕਰਦੇ ਹੋ, ਮੈਂ ਤਾਂ ਐਂ ਕਹਿੰਦੀ ਹਾਂ, ਦੇਖ ਲੈ ਹਲੇ ਤਾਂ ਆਪਣੇ ਘਰੇ ਪਤਾ ਵੀ ਇਹਨਾਂ ਦੀ ਬਹੂ ਰੁੱਸ ਕੇ ਬਾਗੀ, ਆਹ 4 ਦਿਨਾਂ ਨੂੰ ਸਾਰੇ ਪਿੰਡ 'ਚ ਢੋਲ ਵੱਜ ਜੂਗਾ, ਫਿਰ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ, ਲੋਕ ਆਪਾਂ ਨੂੰ ਮਾੜਾ ਕਹਿਣਗੇ, ਉਹਨੂੰ ਕਿਸੇ ਨੇ ਨਹੀਂ ਕਹਿਣਾ। ਵੱਜੀ ਜਾਂਦੇ ਢੋਲ ਭਾਈ ਵੱਜ ਜਾਣਾ, ਮੈਂ ਤਾਂ ਕਹਿੰਦਾ ਤੁਸੀਂ ਲੇਟ ਨਾ ਹੋ ਜਾਓ, ਛੇਤੀ ਵੱਗ ਜਾਓ, ਤੁਹਾਨੂੰ ਨਹੀਂ ਪਤਾ ਕੀ ਕੁਛ ਤਾਂ ਕਰਕੇ ਗਈ ਆਪਣੇ ਨਾਲ ਉਹ। ਲੈ ਇਹ ਤਾਂ ਐਂ ਕਹਿ ਕੇ ਸਰ ਜਾਂਦਾ ਹੈਗਾ, ਤੈਨੂੰ ਨਹੀਂ ਪਤਾ ਮੈਨੂੰ ਬਾਹਲੀ ਬਸ਼ਰਮੀ ਆਉਂਦੀ, ਆਂਢਣਾ ਗਵਾਂਢਣਾ ਤੋਂ 4 ਦਿਨ ਤਾਂ ਜਾਊਗੀ, ਅਗਲੇ ਨੂੰ ਐਂ ਕਿਹਾ ਜਾਂਦਾ ਭਾਈ ਮਿਲਣ ਗਿਲਣ ਗਈ ਹੈ, ਜਦ 1-2 ਦਿਨ ਨਾ ਮੁੜ ਕੇ ਆਈ ਅਗਲੇ ਨੂੰ ਆਪੀ ਪਤਾ ਲੱਗ ਜਾਂਦਾ, ਸਾਰੇ ਤਰੀਕੇ 'ਚ ਪਤਾ ਲੱਗ ਜੂ ਵੀ ਉਹ ਰੁੱਸ ਕੇ ਗਈ ਹੈਗੀ। ਜਿਹਦੇ ਵਸਾਉਣੀ ਆ ਪਹਿਲਾਂ ਉਹਨੂੰ ਤਾਂ ਪੁੱਛ ਲਓ। ਮਾਂ ਕਿਉਂ ਤੁਸੀਂ ਧੜਕੀ ਪੰਚਾਇਤ ਬਾਹਰ ਰੱਖੀ ਆ, ਬੈਠੀ ਰਹਿੰਦੇ ਆਪਾਂ ਨਹੀਂ ਲੈ ਲੂ ਕਿਉਂ ਦੇ ਉਹਨੂੰ? ਉਹ ਕਿਉਂ ਨਹੀਂ ਲੈ ਕੇ ਆਉਂਦੇ ਯਾਰ, ਉਹੀ ਗੱਲਾਂ ਫਿਰ ਤੇਰੀਆਂ। ਉਹ ਬਾਈ 4 ਦਿਨ ਖਾ ਲੈਂਦੇ ਸੁੱਖ ਦੀ ਰੋਟੀ, ਕਿਉਂ ਐਵੇਂ ਉਹ ਗੱਲ ਇੱਥੇ ਕਲੇਸ਼ ਕਰਕੇ ਲੈ ਗਈ, ਉਹਦੇ ਤੋਂ ਪਤਾ ਨਹੀਂ ਜਦੋਂ ਘਰੋਂ ਨਿਕਲੀ ਹੈਗੀ। ਓਏ ਕੰਮ ਦਾ ਟਾਈਮ ਹੈਗਾ, ਫਿਰ ਉਹੀ ਹੈ ਤੂੰ ਜਿਹੜਾ ਖੇਤ ਟਾਲੀਆਂ ਕੋਲੇ ਖੜ ਖੜ ਰੋਣ ਲੱਗ ਜਾਂਦਾ ਫਿਰ। ਬਾਈ ਸਿਆਪਿਆਂ ਨੂੰ ਰੋਣਾ, ਜਿਹੜਾ ਘਰ ਪੱਟ ਕੇ ਗਈ ਉਹ, ਹੋਰ ਮੈਂ ਚਾਹ ਨੂੰ ਰੋਣਾ ਕੋਈ? ਉਹ ਭਾਈ ਉਹਨੂੰ ਖਾਰਾਂ ਦੇ ਸੁੱਖ ਦੀ ਰੋਟੀ, ਉਹ ਦੱਸ ਉਹਦਾ ਜੀ ਲੱਗਣ ਨੂੰ ਕਹਾਂ ਬੀਨ ਸੁਣਾਉਂਦੀ ਸੀ ਨਾ ਉਹ, ਉਹਦਾ ਵਿਚਾਰੇ ਦਾ ਸਾਹ ਤਾਂ ਬੰਦ ਕਰੀ ਰੱਖਦੀ ਸੀ। ਓਏ ਉਹ ਗੱਲ ਤਾਂ ਠੀਕ ਹੈ, ਉਹ ਤਾਂ ਮਾੜੀ ਹੈ, ਫਿਰ ਹੁਣ ਆਪਾਂ ਸਾਰਾ ਟੱਬਰ ਵੀ ਮਾੜਾ ਬਣ ਜਾਈਏ। ਓਏ ਤੂੰ ਚੁੱਪ ਕਰ ਜਾ ਮੁੰਡਿਆ, ਗਾਹਾਂ ਤੇਰੀ ਕਿਧਰੇ ਰੌਣੀ ਸੁੱਕਦੀ ਵੀ ਆ ਕੇ ਉਹ ਹਲ ਜੋੜੂ, ਉਹ ਕਲੇਸ਼ ਹੀ ਕਰਨ ਉਰੇ ਆ ਕੇ ਨੇ। ਬਾਪੂ ਜੀ ਪਤਾ ਕੀ ਆ, ਲੋਕ ਇਹ ਕਹਿਣਗੇ ਵੀ ਖਣੀ ਇਹਨਾਂ ਨੇ ਵੱਡਿਆਂ ਨੇ ਕੱਢਤਾ ਉਹਨੂੰ ਘਰੋਂ, ਪਹਿਲਾਂ ਇਹ ਮੇਰੇ ਨਾਲ ਲੜ ਕੇ ਆਇਆ ਗਾ, ਕਹਿੰਦਾ ਕਿ ਤੂੰ ਐਂ ਕਹਿੰਦੀ ਆ ਵੀ ਉਹਨੂੰ ਲੈ ਕੇ ਨਾ ਆਓ। ਮੈਂ ਤਾਂ ਇਹ ਗੱਲ ਨਹੀਂ ਕਹੀ ਬਾਪੂ ਜੀ, ਦੇਖ ਮੈਂ ਤਾਂ ਆਪ ਹੱਥ ਬੰਨ ਕੇ ਇਹੀ ਕਹਿਣੀ ਆ ਵੀ ਉਹ ਤਾਂ ਜਿਹੋ ਜਿਹੀ ਹੈਗੀ ਆ ਜਿਵੇਂ ਉਹ ਕਹਿੰਦੀ ਆ, ਅੱਡ ਕਰਨ ਨੂੰ ਕਹਿੰਦੀ ਆ ਅੱਡ ਕਰ ਦੋ ਉਹਨੂੰ, ਲੈ ਆਓ ਚੱਲ। ਬਾਬੀ ਮੇਰੀ ਗੱਲ ਸੁਣ, ਫਿਰ ਲੋਕ ਤਾਂ ਉਹ ਕੱਲ੍ਹ ਨੂੰ ਐਂ ਵੀ ਕਹਿਣਗੇ ਵੀ ਵੱਡਿਆਂ ਨੇ ਅੱਡ ਕਰਤਾ ਕੱਲਾ ਛੋਟਾ, ਫਿਰ ਲੋਕਾਂ ਦਾ ਮੂੰਹ ਫੜ ਲਾਂਗੇ ਆਪਾਂ। ਚੱਲ ਕੋਈ ਨਹੀਂ, ਐਂ ਤਾਂ ਉਹਦੇ ਭੈਣ ਭਰਾ ਸਿਆਣੇ ਵੀ ਨੇ, ਉਹਦੀ ਮਾਂ ਵੀ ਸਿਆਣੀ, ਉਹਦਾ ਭਰਾ ਵੀ ਸਿਆਣਾ, ਆਪਾਂ ਜਾ ਕੇ ਗੱਲ ਤਾਂ ਕਰੋ ਅਗਲੇ ਨਾਲ। ਕੋਈ ਨਹੀਂ ਸਿਆਣਾ, ਉਹਨਾਂ ਨੂੰ ਕਿਹੜਾ ਦੀਂਦਾ ਨਹੀਂ ਗਾ ਵੀ ਉੱਥੇ ਆਈ ਬੈਠੀ ਅਕਲੇਸ਼ ਕਰਕੇ, ਫੋਨ ਤੱਕ ਨਹੀਂ ਲਾਇਆ ਉਹਨਾਂ ਨੇ। ਬਾਈ ਦੀਂਦਾ ਤਾਂ ਹੁੰਦਾ ਗਾ, ਗੱਲ ਕਰ ਭੈਣ ਭਾਈ ਨੂੰ, ਆਪਦਾ ਭੈਣ ਭਾਈ ਚੰਗਾ ਲੱਗਦਾ ਹੁੰਦਾ ਗਾ ਉਹਨਾਂ ਨੂੰ, ਆਏ ਆਗਾ ਵੀ ਚੱਲ ਅਸੀਂ ਆਪਦੀ ਕੁੜੀ ਨੂੰ ਗੱਲ ਸਹੀ ਆ। ਉਹਨੇ ਜਾ ਕੇ ਕਹਿਤਾ ਆਉਣਾ ਵੀ ਮੈਨੂੰ ਕੁੱਟਿਆ, ਅਗਲਾ ਫਿਰ ਗੁੱਸੇ ਦਾ ਮਾਰਾ ਨਹੀਂ ਫੋਨ ਕਰਦਾ, ਅਗਲਾ ਕਹਿੰਦਾ ਆਪੀ ਲੇਲੜੀਆਂ ਕਰਦੇ ਆਉਣਗੇ ਇੱਥੇ। ਤੇ ਫਿਰ ਤੁਹਾਨੂੰ ਮੈਂ ਕਿਉਂ ਨਹੀਂ ਚੰਗਾ ਲੱਗਦਾ ਜਦੋਂ ਮੈਂ ਬਿਲਕੀ ਜਾਂਦਾ ਵੀ ਮੈਨੂੰ ਨਹੀਂ ਚੰਗੀ, ਮੈਨੂੰ ਉਹਨੇ ਤਪਾ ਮਾਰਿਆ, ਤੁਸੀਂ ਫਿਰ ਮੇਰਾ ਹੀ ਪੱਖ ਲੈ ਲਓ, ਮੈਂ ਕਹੀ ਨਾ ਨਹੀਂ ਲਿਆਉਣੀ ਉਹ ਘਰੇ ਐਸਾ। ਬੇ ਪੁੱਤ ਲਿਆਉਣੀ ਤਾਂ ਪਊਗੀ, ਚਾਹੇ ਹੁਣ ਲਿਆਈਏ ਜਾ ਕੇ ਚਾਹੇ 1 ਮਹੀਨਾ ਬਾਅਦ ਚ ਲਿਆਈ, ਫਿਰ ਕਿਹੜਾ ਉਹ ਬਦਲ ਜੂਗੀ, ਉਹਨੇ ਤਾਂ ਉਹੀ ਜੀ ਰਹਿਣਾ ਜਿਹੋ ਜੀ ਪਰਮਾਤਮਾ ਨੇ ਉਹਨੂੰ ਸਾਜਤਾ। ਸੱਚੀ ਗੱਲ ਹੈ ਪੁੱਤ, ਚੁੱਪ ਕਰਕੇ ਹੁਣ ਤਾਂ ਗਲ ਪਿਆ ਢੋਲ ਵਜਾਈ, ਚੱਲ ਪੁੱਤ ਮੇਰਿਆ ਤੇਰੀ ਕਿਸਮਤ ਮਾੜੀ ਸੀਗੀ, ਹੈ ਮੇਰਾ ਬਥੇਰਾ ਢਿੱਡ ਮੱਚਦਾ, ਆਹ ਇੱਕ ਚੰਗੀ ਆ ਗਈ ਸੀ, ਜੇ ਤੇਰੀ ਕਿਸਮਤ 'ਚ ਚੱਜ ਦਾ ਉਹ ਲਿਖਿਆ ਹੁੰਦਾ ਪੁੱਤ, ਤੇਰੇ ਵੀ ਚੱਜ ਦੀ ਟੱਬਰ ਆ ਜਾਂਦਾ, ਦੱਸ ਕੀ ਕਰਾਂ ਮੈਂ ਤਾਂ ਨਾ ਬਾਹਲੀ ਦੁਖੀ ਹੋਈ ਪਈਆਂ, ਮੈਂ ਤਾਂ ਫਸੀ ਪਈਆਂ ਸਨ ਵਿਚਾਲੇ। ਮੈਂ ਤਾਂ ਕਹਿੰਦਾ ਲਿਆਓ, ਪਰ ਉਹ ਗੱਲਾਂ ਵੀ ਯਾਦ ਕਰ ਜਦੋਂ ਤੀਜੇ ਦਿਨ ਕਹਿੰਦੀ ਹੈ ਤੇਰੀ ਕਿਹੜਾ ਇਹ ਢਿੱਡੋ ਜਿਹੀ ਲਾ ਦੇ। ਕੋਈ ਨਾ ਕਹੇ ਦੇਣ ਦੇ, ਮੈਨੂੰ ਤਾਂ ਜੋ ਮਰਜ਼ੀ ਕਹੀ ਜਾਵੇ, ਪਰ ਮੈਂ ਐਂ ਕਹਿੰਦੀ ਹੱਥ ਬੰਨ ਕੇ ਸਾਰਿਆਂ ਦੇ ਮੂਹਰੇ ਮੇਰੇ ਪੁੱਤਾਂ ਦਾ ਘਰ ਵਸਦਾ ਰਹੇ ਦੋਨਾਂ ਦਾ। ਉਹਦੇ ਕਹਿਣ ਨਾਲ ਕੀ ਹੈਗਾ, ਉਹਦਾ ਤਾਂ ਕਹੀ ਜਾਣ ਦੇ, ਮੇਰੀ ਗੱਲ ਸੁਣ ਆਪੀ ਠੀਕ ਹੋ ਜੂਗੀ, ਕੋਈ ਗੱਲ ਨਹੀਂ ਆਪਾਂ ਉਹਨੂੰ ਇੱਕ ਵਾਰੀ ਲੈ ਕੇ ਆਈਏ, ਕੋਈ ਨਹੀਂ ਸਾਰਾ ਉਹਦੇ ਮਾਂ ਪਿਓ ਨੂੰ ਵੀ ਦੱਸਾਂਗੇ ਆਪਾਂ, ਆਪੀ ਉਹਨੂੰ ਸੁਧਾਰਨਗੇ ਉਹ। ਬਾਪੂ ਜੀ ਆਹ ਗੱਲ ਤਾਂ ਤੁਸੀਂ ਕਿਹਾ ਨਾ ਕਰੋ, ਆਖੇ ਵੀ ਐਂ ਕਹਿੰਦੀ ਹੈਗੀ ਵੀ ਤੇਰੇ ਕਿਹੜਾ ਢਿੱਡੋ ਜਾਈ ਹੈ,
ਪਰ ਮਾਂ ਨੇ ਤਾਂ ਨਾ ਆਪਦੀ ਢਿੱਡੋਂ ਜਿਹੀ ਲਾਦ ਨਾ ਉਹ ਵੀ ਵੱਧ ਪਾਲੇ ਨੇ। ਅੱਜ ਕੱਲ੍ਹ ਆ ਮਾਵਾਂ ਜੰਮ ਜੰਮ ਕੇ ਐਡਿਆਂ ਐਡਿਆਂ ਦੇ ਕਤਲ ਕਰੀ ਜਾਂਦੀਆਂ ਨੇਗੀਆਂ, ਉਹ ਮਾਵਾਂ ਨਹੀਂ ਬਣਦੀਆਂ। ਇਹਨੇ ਤਾਂ ਕਦੇ ਕੋਈ ਗੱਲ ਹੀ ਨਹੀਂ ਇਹਨਾਂ ਨੂੰ ਮਹਿਸੂਸ ਹੋਣ ਦਿੱਤੀ ਵੀ ਮੈਂ ਤੁਹਾਡੀ ਸਕੀ ਮਾਂ ਜਾਂ ਮੈਂ ਕੋਈ ਤੁਹਾਨੂੰ ਪਾਲਿਆ ਗਾ, ਇਹ ਤਾਂ ਗੱਲ ਹੀ ਨਹੀਂ। ਇੰਨਾ ਤਾਂ ਸਕੀਆਂ ਮਾਵਾਂ ਨਹੀਂ ਕਰਦੀਆਂ। ਨਾਲੇ ਪੁੱਤ ਉਹਦੇ ਕਹਿਣ ਨਾਲ ਮੇਰੇ ਕਿਹੜਾ ਕੋਈ ਡੰਗ ਵੱਜਦੀ ਆ, ਕਹੀ ਜਾਣ ਦੇ ਜਿਹਾ ਜਿਹਾ ਉਹਦਾ ਸੁਭਾਅ ਰੱਬ ਨੇ ਭਰਿਆ, ਉਹਦਾ ਦਿਮਾਗ ਹੈਗਾ ਉਹ ਵਰਤੀ ਜਾਂਦੀ ਹੈ। ਪਰ ਭਾਈ ਆਪੋ ਆਪਦੇ ਚੁੱਲ੍ਹਿਆਂ ਦੇ ਕਰਤੇ ਮੇਰਾ ਪੁੱਤ ਹਾੜ ਏ, ਹੱਥ ਬਣਾ ਲਓ, ਸੁਖੀ ਵਸੋ। ਜੇ ਅੱਡ ਕਹਿੰਦੀ ਆ ਅੱਡ ਹੋ ਜਾ, ਕੰਧ ਕਹਿੰਦੀ ਆ ਕੰਧ ਕੱਢ ਲੈ, ਸਾਨੂੰ ਨਾ ਬੁਲਾ, ਪਰ ਮੇਰਾ ਪੁੱਤ ਆਪਦਾ ਘਰ ਵਸਾ ਲੈ। ਮਾਂ ਪਹਿਲਾਂ ਤਾਂ ਮੇਰੀ ਗੱਲ ਸੁਣਾ, ਕਦੇ ਲੋਕਾਂ ਤੋਂ ਨਹੀਂ ਉਹ ਗੱਲ ਕਹੀ ਜਿਹੜੀ ਉਹ ਕਹੇਗੀ, ਟੈਕੀ ਦੀ ਤੀਵੀਂ ਨਹੀਂ ਉਹ। ਤੇ ਤੂੰ ਕਹਿੰਦੀ ਵੀ ਅੱਡ ਹੋ ਜਾ, ਅੱਡ ਹੋ ਕੇ ਤੁਹਾਡੇ ਨਾਲ ਸੌਖਾ ਵੱਜ ਉਹ, ਉਹਨੇ ਫੇਰ ਵੀ ਕਲੇਸ਼ ਕਰਨਾ, ਫਿਰ ਨਾਲੇ ਮੈਨੂੰ ਮਰਵਾ ਕੇ ਤੁਸੀਂ ਉੱਤੇ ਖੁਸ਼ ਹੋ ਗਈ ਤੇ ਮੈਂ ਮਰਿਆ। ਦੇ ਪੁੱਤ ਮੇਰੀ ਗੱਲ ਸੁਣੋ, ਮਾੜੇ ਬੰਦੇ ਲਵੇ ਹੋਰ ਕੀ ਹੁੰਦਾ, ਉਹ ਬਸ ਇੱਕ ਬੁੜਕਣੀ ਜਾਣਦਾ ਹੁੰਦਾ, ਹੋਰ ਤਾਂ ਉਹਦੇ ਪੱਲੇ ਕੱਖ ਨਹੀਂ ਹੁੰਦਾ। ਜੇ ਉਹ ਇੰਨੀ ਸਿਆਣੀ ਹੁੰਦੀ ਫਿਰ ਇਹੋ ਜਿਹੀਆਂ ਗੱਲਾਂ ਕਰਦੀ ਕਿਉਂ? ਤੇ ਤਲਾਕ ਦਵਾ ਦਿਓ, ਨਿਬੇੜੋ ਪਰਾਂ। ਮੈਂ ਕਿਸੇ ਨੂੰ ਕਹੀ ਜਾਂਦਾ ਵੀ ਇੱਥੇ ਰੱਖੋ, ਜਿਹੜੇ ਬਣਦੇ ਮੇਰੇ ਸਿਦਾ ਵੀ ਉਹ ਤਲਾਕ ਤਾਂ ਫਿਰ ਕਿੱਦਾਂ ਦੇਣ ਦੇ ਆਪਾਂ? ਇਸੇ ਗੱਲ ਕਰਕੇ ਤਾਂ ਇਹ ਰੌਲਾ ਪੈਂਦਾ ਹੈਗਾ। ਐਂ ਤਲਾਕ ਹੁੰਦੇ ਹੁੰਦੇ ਨੇਗੇ ਪੁੱਤ, ਹੈ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ। ਭਾਈ ਤੂੰ ਕਿਹੜਾ ਨਿਆਣਾ, ਸਾਰਾ ਪਤਾ ਤੈਨੂੰ, ਜਿਵੇਂ ਤੁਹਾਨੂੰ ਠੀਕ ਲੱਗਦਾ ਭਾਈ ਕਰ ਲਓ, ਫਿਰ ਹੋਰ ਕੀ ਹੈ। ਬਾਪੂ ਇੱਕ ਵਾਰੀ ਮੇਰੀ ਗੱਲ ਸੁਣੋ, ਗਲਤੀ ਮਾਫ ਕਰ ਦਿਓ, ਕੋਈ ਗੱਲ ਨਹੀਂ, ਆਪਾਂ ਉਹਨੂੰ ਬੜਿਆ ਕੇ ਲੈ ਆਉਨੇ ਆ। ਹਾਂ ਗਾਹਾਂ ਨੂੰ ਜੇ ਭਾਈ ਕੋਈ ਗਲਤੀ ਕਰੂਗੀ ਫਿਰ ਆਪਾਂ ਦੇਖਾਂਗੇ ਵੀ ਕੀ ਕਰਨਾ। ਅਸਲ ਤਾਂ ਗੱਲ ਕੀ ਆ ਨਾ, ਤੁਸੀਂ ਮੇਰਾ ਮੂੰਹ ਨਹੀਂ ਕਰਦੇ, ਜਾਂ ਜਿਵੇਂ ਮਰਜ਼ੀ ਕਰ ਦਿਓ। ਲੈ ਦੇ ਦੇ ਪੁੱਤ ਚੱਲ, ਕੋਈ ਨੀ, ਮੈਂ ਇਹ ਕਹਿਣੀ ਆ ਕੇਰਾ ਉਹਦੇ ਭਰਾ ਨੂੰ ਫੋਨ ਕਰਕੇ ਪੁੱਛ ਲਓ ਕੀ ਕਹਿੰਦਾ ਗਾ, ਜਾਂ ਉਹਨੂੰ ਕਹਿ ਦੇ ਭਾਈ ਤੂੰ ਲੈ ਆ। ਮੇਰੀ ਗੱਲ ਸੁਣ, ਉਹ ਅੰਦਰ ਡਾਇਰੀ ਪਈ ਹੈ, ਉਹਦੇ ਭਰਾ ਦਾ ਨੰਬਰ ਲਿਖਿਆ ਉਹ ਤੇ, ਮੈਨੂੰ ਦੇ, ਮੈਂ ਫੋਨ ਕਰਦਾ ਉਹਨੂੰ। ਅਸਲ ਤਾਂ ਗੱਲ ਫੇਰ ਬਣੇ, ਜੇ ਉਧਰੋਂ ਕੋਈ ਛੱਡ ਕੇ ਜਾਵੇ ਅਗਲੇ ਨੂੰ, ਇੰਨੀ ਕੁ ਗੱਲ ਤਾਂ ਕਹੋ। ਕੋਈ ਗੱਲ ਨੀ ਬਾਪੂ, ਮੈਂ ਕਹਿਣਾ ਉਹਨੂੰ ਵੀ ਭਾਈ ਸਾਡੇ ਮਾਂ ਪਿਓ ਨੂੰ ਕੱਲ ਨੂੰ ਕੁਛ ਬੋਲੇ। ਹਾਂ ਇੱਕ ਗੱਲ ਹੋਰ ਵੀ ਹੈ ਬਾਈ, ਕੀ ਪਤਾ ਉਹਨੇ ਜਾ ਕੇ ਉੱਥੇ ਦੱਸਿਆ ਵੀ ਹੈ ਕੁਛ ਗੱਲ ਬਾਤ ਕੇ ਨਹੀਂ ਦੱਸੀ, ਗੱਲ ਸਹੀ ਹੈ। ਆ ਵੀ ਪਤਾ ਲੱਗ ਜੂ ਜਦੋਂ ਆਪਾਂ ਫੋਨ ਕਰਾਂਗੇ ਵੀ ਉੱਥੇ ਕੀ ਕੁਛ ਕਰਕੇ ਆਈਏ ਇਹ। ਹਾਂ ਆਪਦਾ ਪੱਕ ਤਾਂ ਰੱਖੀਏ ਆਪਾਂ ਕਿਸੇ ਕੋਲੇ। ਉਹੀ ਤਾਂ ਗੱਲ ਆਪਾਂ ਕਿਹੜਾ ਕਿਸੇ ਕੋਲੋਂ ਚੋਰ ਆਂਗੇ। ਹਾਂ ਉਹਦਾ ਤਾਂ ਉਹ ਕੰਮ ਹੋ ਗਿਆ, ਨਾਲੇ ਚੋਰ ਨਾਲੇ ਚਤਰਾਈ ਨਾਲੇ ਕਰ ਗਈ ਨਾਲੇ ਉਹੀ ਗੱਲ ਮੁੱਕਰਦੀ ਫਿਰਦੀ। ਮੈਂ ਫੋਨ ਲਾਉਣਾ ਚੰਗਾ ਉਹਨੂੰ। ਲਾ ਲਾ ਫੋਨ ਪੁੱਤ, ਦੱਸ ਦੇ ਕੀ ਕਹਿੰਦੇ ਨੇਗੇ। ਮੈਂ ਕਹਿੰਦਾ ਸੀ ਮਹਾ ਵੀ ਰੋਟੀ ਜੀ ਤਾਂ ਖਾਧੀ ਨਹੀਂ ਜਾਂਦੀ ਹੁਣ ਮੈਥੋਂ, ਹੈ ਉਹ ਅੰਦਰ ਹੀ ਗੜ ਗੁੜ ਜਾਂਦੀਆਂ ਨੇ ਬੁਰਕੀਆਂ ਜੀਆਂ, ਸੁੱਕ ਜਾਂਦੀ ਆ ਤੈਨੂੰ ਪਤਾ, ਹੁਣ ਰੋਟੀ ਖਾਧੀ ਨਹੀਂ ਜਾਂਦੀ। ਮੈਂ ਮਹਾ ਵੀ ਤੁਸੀਂ ਦਲੀਆ ਬਣਾ ਦਿਓ ਮੇਰੇ ਵਾਸਤੇ, ਝਾਰਕ ਦਾਣੇ ਮਿੱਠੇ ਦੇ ਪਾ ਦਿਓ। ਦੇਖ ਲੈ ਭੋਰਾ ਨਹੀਂ ਡਰਦਾ, ਨਾਲੇ ਡਾਕਟਰ ਨੇ ਕਿਹਾ ਹੋਇਆ ਵੀ ਤੈਨੂੰ ਸ਼ੂਗਰ ਆ, ਮਿੱਠਾ ਤਾਂ ਦੇਖਣਾ ਵੀ ਨਹੀਂ, ਖਾਣਾ ਤਾਂ ਦੂਰ ਆ। ਮੈਨੂੰ ਸ਼ੂਗਰ ਕਿਹਨੇ ਬਣਾਤਾ, ਸ਼ੂਗਰ ਕਿੱਥੇ ਆ ਮੈਨੂੰ? ਤੂੰ ਰਹਿਣ ਦਿਆ ਕਰ, ਦਲੀਆ ਬਣਵਾ ਦਿੰਦੀ ਹਾਂ ਪਰ ਲੂਣ ਵਾਲਾ ਬਣਵਾ ਕੇ ਦੇਊਂਗੀ, ਮਿੱਠਾ ਤਾਂ ਉਹਦੇ 'ਤੇ ਚਾਹੁੰਦੀ ਵੀ ਨਹੀਂ ਮੈਂ। ਤੂੰ ਕੰਟਰੋਲ ਕਰ ਲਿਆ ਕਰ ਮਾੜਾ ਮੋਟਾ ਖਾਣ ਪੀਣ 'ਤੇ। ਮਰਜ਼ੀ ਆ ਫਿਰ, ਹੁਣ ਤੁਸੀਂ ਮੰਨਦੇ ਤਾਂ ਹੈ ਨਹੀਂ ਜਿਹੜਾ ਕੁਛ। ਮੰਨਣ ਵਾਲੀ ਗੱਲ ਮੰਨੂਗੀ, ਮੰਨਣ ਵਾਲੀ ਕੋਈ ਨਹੀਂ। ਕੀ ਹੋ ਗਿਆ? ਉਹ ਤਾਂ ਤੇਰੇ ਭਾਪਾ ਦਲੀਏ ਜੀ ਨੂੰ ਕਹਿੰਦਾ ਸੀ, ਕਹਿੰਦਾ ਬਣਾ ਦੇ, ਮਤਲਬ ਕੋਈ ਨਹੀਂ। ਫਿਰ ਬਣਵਾ ਦੇ ਬੀਬੀ, ਸੋਨੀਆ ਨੂੰ ਕਹਿ ਦੇ ਬਣਾ ਦੂਗੀ। ਮਿੱਠਾ ਪਵਾਉਂਦਾ ਵਿੱਚ, ਮਿੱਠਾ ਵੀ ਡਾਕਟਰ ਨੇ ਬੰਦ ਕਰਿਆ ਹੋਇਆ ਦਾ। ਓਹੋ ਐਂ ਦੱਸ ਕੀ ਹੁੰਦਾ, ਕਦੇ ਕਦਾਈ ਤਾਂ ਫਿਰ ਮਾੜਾ ਮੋਟਾ ਖਾ ਲੇ ਬੰਦਾ, ਐਂ ਕੀ ਹੁੰਦਾ ਗਾ? ਉਹੀ ਤਾਂ ਮੈਂ ਕਹੀ ਜਾਂਦਾ। ਉਹ ਕੋਈ ਨਾ ਬਾਪੂ, ਇੱਕ ਨਾ ਮੈਂ ਚਾਹ ਗਿਆ ਸੀਗਾ ਬੈਂਕ 'ਚ, ਆ ਉਹਨਾਂ ਨੇ ਬਾਕੀ ਦਾ ਸਾਰੇ ਹੋ ਗਏ ਕਾਗਜ਼ ਤਿਆਰ, ਅਤੇ ਆਹ ਕਾਗਜ਼ ਤੇ ਸਾਈਨ ਕਰਨੇ ਨੇ, ਆਧਾਰ ਕਾਰਡ ਜੇ ਤੇ ਸਾਈਨ ਕਰੇਗਾ, ਅੰਗੂਠਾ ਰਹੇਗਾ। ਇਹ ਕਾਗਜ਼ ਜੇ ਦਿਖਾਈ ਮਾੜਾ, ਇਹਦਾ ਖਾਸੇ ਨੇ ਕਾਗਜ਼ ਹੈ। ਉਹ ਖਾਸੇ ਦਾ ਫਿਰ ਆਇਆ ਵੀ ਤੂੰ ਜਗਿਆ ਨਹੀਂ ਨਾ ਉੱਥੇ, ਦੋ ਤਿੰਨ ਫਾਰਮ ਤਾਂ ਉਹੀ ਲਾਤੇ ਉਹਨਾਂ ਨੇ ਨਾਲ, ਵੀ ਬਾਈ ਬਜ਼ੁਰਗਾਂ ਤੋਂ ਆਇਆ ਨਹੀਂ ਜਾਂਦਾ। ਮੈਂ ਵੀ ਪਹਿਲਾਂ ਕਈ ਵਾਰੀ ਕਰਾਈ ਆ ਲਿਮਟ ਦਾ ਫਾਰਮ, ਜੇ ਮੈਂ ਕਰਾ ਲੈਂਦਾ ਤਾਂ ਫਿਰ ਮੈਂ ਬੰਦ ਕਰਵਾ ਦਿੰਦਾ ਸੀਗਾ,
ਵੀ ਇੰਨੇ ਕਾਗਜ਼ ਤੱਕ ਦੇ ਬਾਹਲੇ ਕਾਜ ਕਦਵਾ ਰਹੇ ਨੇ ਇਹ ਬੰਦੇ। ਬਾਪੂ ਇਹ ਪਤਾ ਕੀ ਆ, ਜੇ ਤੂੰ ਆਪ ਵਗ ਜਾਂਦਾ ਨਾ ਫਿਰ ਤਾਂ ਘੱਟ ਤੇ ਸਾਈਨ ਕਰਾਉਂਦੇ, ਆ ਹੁਣ ਦੋ ਫਾਰਮ ਤਾਂ ਉਹਨਾਂ ਨੇ ਉਹੀ ਲਾਏ ਨੇ ਬਾਈ, ਬਜ਼ੁਰਗਾਂ ਤੋਂ ਆਇਆ ਨਹੀਂ ਜਾਂਦਾ। ਅੱਛਾ ਕਿਉਂ ਆਹੀ ਕਰਦਾ ਮੁੰਡੇ ਨੂੰ, ਦੱਸ ਦੇਣ ਹੋ ਕੇ ਗੇੜੇ ਮਾਰ ਦੇਣ, ਸਾਈਨ ਹੀ ਨੇ ਮਾੜੇ ਜੇ ਕਰ ਦੇ ਅੰਗੂਠਾ ਲਾ ਦੇ। ਸਾਈਨ ਤਾਂ ਮੈਥੋਂ ਹੁਣ ਹੁੰਦੇ ਨਹੀਂ, ਫਿਰ ਅੰਗੂਠਾ ਲਾ ਦੇ। ਅੰਗੂਠਾ ਲਾ ਦੇ, ਮੈਂ ਤਾਂ ਲਿਆਇਆ ਸੀਗਾ, ਪੈਨ ਵੀ ਲਿਆਇਆ ਸੀ। ਅੰਗੂਠਾ ਲਵਾ ਦਾ, ਸਾਈਨ ਤਾਂ ਹੁਣ ਮੈਥੋਂ ਹੁੰਦੇ ਨਹੀਂ ਹੈਗੇ। ਲੈ ਸਿੱਖ ਗਿਆ ਸੀ ਮੈਂ ਆਪਦਾ ਨਾਮ ਪਾਉਣਾ ਉਦੋਂ। ਚੱਲ ਵਧੀਆ ਕਰਿਆ ਫਿਰ ਤਾਂ। ਹਾਂ ਪੜਨਾ ਪੁੜਨਾ ਤਾਂ ਭਾਈ ਫਿਰ ਆਉਂਦਾ। ਹਾਂ ਇੱਥੇ ਲਾ ਦੇ ਆ ਖੂੰਜੇ ਚ, ਇੱਥੇ। ਹਾਂ ਹਾਂ ਲਾ ਦੇ ਲਾ ਦੇ, ਦੇਖ ਭਾਈ। ਹਾਂ ਇੱਕ ਹੋਰੇ ਲਾ ਦੇ। ਹੋਰੇ ਲਾ ਦਾ? ਹਾਂ ਆ ਸਾਹੀ ਜੀ ਹੋਰ ਲਾ ਲਾ ਪੂਰਾ। ਠੀਕ ਆ ਸਾਹੀ ਜੀ ਖਤਮ। ਹਾਂ ਇਹ ਤੇ ਤੀਜੇ ਤੇ ਵੀ ਲਾ ਦੇ। ਬਾਹਲੇ ਕਰਾਈ ਜਾਂਦਾ ਪਤਾ ਅੰਦਰ ਆਏ ਸਾਹੀ। ਕੋਈ ਨਹੀਂ ਕੋਈ ਨਹੀਂ, ਤੂੰ ਕਰਦੇ ਦੱਸ। ਚੱਲ ਇੱਕ ਮੈਂ ਤਾਂ ਉਂ ਗੱਲ ਕਰ, ਕਿੰਨੇ ਦੀ ਲੋੜ ਫਿਰ ਉਹਨੇ ਕਾਗਜ਼ ਤੇ ਕਰਨੀ ਪੈਣਗੇ। ਇੱਕ ਮਿੰਟ ਮੈਂ ਦੇਖ ਲਾ ਮਾੜਾ ਜਾ ਵੀ ਕਿਤੇ ਰਿਹਾ ਤਾਂ ਨਹੀਂ। ਆ ਇੱਕ ਉਰੇ ਰਹਿ ਗਿਆ, ਇੱਥੇ ਲਾ ਦੇ। ਕੀ ਕਹਿੰਦਾ ਸੀ ਮੈਨੇਜਰ ਵੀ ਕਿਤੇ ਪਾ ਦਾਂਗੇ ਖਾਤੇ 'ਚ ਪੈਸੇ ਹੁਣ ਖਾਤੇ ਆਉਣਗੇ। ਖਾਤੇ 'ਚ ਹੀ ਕਹਿੰਦਾ ਸੀਗਾ, ਕਹਿੰਦਾ ਇੱਕ ਦੋ ਦਿਨਾਂ ਤੱਕ ਹੀ ਪਾ ਦਾਂਗੇ, ਕਹਿੰਦਾ ਬਸ ਆਹ ਕਾਗਜ਼ੀ ਕਾਰਵਾਈ ਜੀ ਪੂਰੀ ਕਰਨੀ ਆ, ਉਹਨਾਂ ਨੇ ਗਾਹਾਂ ਭੇਜਣੇ ਭੁੱਜਣੇ ਹੁੰਦੇ ਨਾ ਕਾਗਜ਼ ਫਿਰ। ਅੱਛਾ ਹਾਂ ਚੱਲ ਕਹਿ ਕੇ ਕਰਵਾ ਲਾ ਭਾਈ ਫਿਰ, ਹੁਣ ਤੈਨੂੰ ਪਤਾ ਹੀ ਆ ਪਰਾਂ ਨਿਪੜੂ ਕੰਮ ਕਲੇ ਇਸ ਤੋਂ ਹੈ। ਹਾਂ ਬਾਪੂ ਮੈਂ ਬਾਲੇ ਨਹੀਂ ਕਰਾਏ ਹੈਗੇ, ਲਿਮਟ 4 ਕੁ ਲੱਖ ਰੁਪਏ ਦੀ ਕਰਾਈ ਹੈਗੀ। 4 ਲੱਖ ਦਾ ਕੀ ਕਰੂੰਗੇ ਤੁਸੀਂ? ਓਹੋ ਨਾਲੇ ਤਾਂ ਲੈਣਾ ਦੇਣਾ ਉੱਤਰ ਜੂ, ਜੇ ਆਪਣੇ ਕੋਲੇ 4 ਰੁਪਏ ਬਚ ਕੇ ਬੈਂਕ 'ਚ ਧਰ ਦਾਂਗੇ, ਉਹਦਾ ਵਿਆਜ ਹੀ ਆ ਉਸ ਸਮਾਂ ਦੀ ਪੈ ਰਹਿਣਗੇ। ਲੈ ਦੱਸ ਕਬੀਲਦਾਰੀ ਹੈ, ਪੈਸੇ ਧੇਲੇ ਦੀ ਲੋੜ ਰਹਿੰਦੀ ਹੈ। ਓਹੋ ਇੱਕ ਪਾਸੇ ਵਿਆਜ ਤਾਂ ਆਊਗਾ ਪਤੰਦਰ, ਇੱਕ ਪਾਸੇ ਪਊਗਾ ਨਹੀਂ। ਓਏ ਬਾਪੂ ਤੂੰ ਰਹਿਣਾ ਢਿੱਲਾ ਮੱਠਾ, ਕਈ ਵਾਰੀ ਪਤਾ ਨਹੀਂ ਹੁੰਦਾ ਤੂੰ ਵੱਧ ਬਿਮਾਰ ਹੋ ਜਾਏ, ਫਿਰ ਤੈਨੂੰ ਚੱਕ ਕੇ ਲੈ ਕੇ ਜਾਵਾਂਗੇ, ਫਿਰ ਪੈਸਾ ਟਕਾ ਤਾਂ ਬੰਦੇ ਦੇ ਹੱਥ 'ਚ ਹੋਣਾ ਚਾਹੀਦਾ। ਚਲੋ ਭਾਈ ਤੁਹਾਡੀ ਮਰਜ਼ੀ ਹੈ, ਆਪਾਂ ਤਾਂ ਹੁਣ ਤੁਹਾਡੇ ਹੱਥ 'ਚ ਬਾਗ ਡੋਰ ਹੈ ਜਿਹੜੀ ਸਮਾਤੀ ਹੈ, ਹੁਣ ਭਾਈ ਆਪਦਾ ਬਣਾਓ ਚਾਹੇ ਵਿਗਾੜੋ। ਨਾ ਨਾ ਵਿਗਾੜਨਾ ਕਾਹਦੇ ਵਾਸਤੇ, ਹੁਣ ਤਾਂ ਬਣਾਵਾਂਗੇ, ਆਹ ਦੇਖ ਲਾ ਤੂੰ ਗੂਠੇ ਲਾ ਤੇ, ਹੁਣ ਤਾਂ ਪੂਰਾ ਵਧੀਆ ਸਾਰਾ ਕੁਛ ਬਣੂੰਗਾ ਦੇਖ ਲਾ। ਮੈਂ ਤਾਂ ਇਸੇ ਘਰ ਦਾ ਹੀ ਫਾਇਦਾ ਸੋਚਦਾ, ਮੈਂ ਕਿਹੜਾ ਕੋਈ ਮਾੜਾ ਸੋਚਦਾ ਕਿਉਂ ਭੂਆ? ਲੈ ਹੋਰ ਹੁਣ ਜੇ ਤੂੰ ਇਸ ਘਰ ਦਾ ਵਾਲੀ ਵਾਰਸ ਬਣਾਇਆ ਫਿਰ ਫਾਇਦਾ ਹੀ ਸੋਚਣਾ ਪਊਗਾ ਤੈਨੂੰ। ਹਾਂ ਮੈਂ ਤਾਂ ਇਹਨੂੰ ਕਹਿਤਾ ਸੀ ਮਹਾਂ ਵੀ ਚੱਲ ਲਵਾ ਲਾ ਭਾਈ ਆਪਦੀ ਮੋਟਰ ਮੋਟਰ ਜਿਹੜੀ ਤਾਂ ਲਵਾਉਣੀ ਆ। ਤੇ ਦਵਾਈ ਲੈ ਲਈ ਸੀ ਤੂੰ? ਹਾਂ ਦਵਾਈ ਮੈਂ ਲੈਣਾ ਹੋਣਾ। ਦਵਾਈ ਲੈ ਲਿਆ ਕਰ ਟਾਈਮ ਨਾਲ, ਉਹ ਫਿਰ ਪਤਾ ਕੀ ਆ ਦਵਾਈ ਨਾਲ ਤੂੰ ਛੇਤੀ ਠੀਕ ਹੋ ਜਾਏਗਾ, ਤਾਕਤ ਵਾਲੀ ਅਸੀਂ ਸੀੜੀ ਮਗਰੋਂ ਲਿਆ ਕੇ ਦਿੱਤੀ ਆ ਤੈਨੂੰ ਮੈਂ। ਪਤਾ ਨਹੀਂ ਭਾਈ ਉਹ ਤਾਂ ਡਾਊਨ ਕਰਦੀ ਹੈ ਮੈਨੂੰ ਥੋੜ੍ਹਾ ਜਿਹਾ। ਨਹੀਂ ਡਾਊਨ ਕਰਦੀ ਬਾਪੂ, ਤੈਨੂੰ ਵੀ ਭੁਲੇਖਾ ਲੱਗਦਾ, ਹੁਣ ਤੇਰੀ ਉਮਰ ਹੋ ਗਈ ਤੱਥੋਂ ਨਾ ਤਾਕਤ ਵਾਲੀ ਚੀਜ਼ ਝੱਲੀ ਨਹੀਂ ਜਾਂਦੀ ਹੈਗੀ। ਉਮਰ ਤਾਂ ਭਾਈ ਹੁਣ ਐਂ ਲਾ ਲਾ ਹਿਸਾਬ ਕਰਮਿਆ ਵੀ ਜਿਹੜੇ ਮੇਰੇ ਹਾਣੀ ਨੇ ਬੰਦੇ ਨਾ ਉਹ ਹਜੇ ਵਧੀਆ ਤਾਕੜੇ ਫਿਰਦੇ ਨੇ, ਮੈਂ ਤਾਂ ਬਿਮਾਰੀ ਜੀ ਨੇ ਹਰਾ ਲਿਆ। ਲੈ ਆਏ ਦਿਲ ਸਿੱਟ ਕੇ ਬਹਿ ਜਾਂਦਾ ਇੱਕ ਤਾਂ ਹੈ, ਬਿਮਾਰੀ ਠਮਾਰੀ ਬੰਦਾ ਤਾਂ ਆਉਂਦੀ ਹੁੰਦੀ ਹੈ, ਇਹ 'ਚ ਕੀ ਰੋਲ ਹੈ ਦੱਸ ਮੈਨੂੰ। ਚੱਲ ਫਿਰ ਭੂਆ ਮੈਂ ਆਹ ਦਿਆ ਵਾਂ ਕਾਗਜ਼ ਉੱਥੇ ਹੈ, ਅਤੇ ਜੇ ਮਾੜਾ ਮੋਟਾ ਮੈਂ ਲੇਟ ਲੂਟ ਹੋ ਗਿਆ ਅਤੇ ਉਹ ਮੁੰਡਾ ਆਊਗਾ ਆਪਣਾ, ਉਹਨੂੰ ਸਮਾਨ ਜਿਹਾ ਫੜਾਉਣਾ ਸੀਗਾ ਅੰਦਰ ਪਿਆ ਗਿਆ, ਸੋਨੀਆ ਨੂੰ ਕਹਿ ਦਿਓ ਉਹ ਸਮਾਨ ਫੜਾ ਦਿਓ ਵਿੰਦਰ ਨੂੰ। ਕੋਈ ਨਹੀਂ ਹਾਂ ਉਹ ਫਿਰ ਖੇਤ ਲੈ ਜਾਊਗਾ। ਚੰਗਾ ਕੋਈ ਨਹੀਂ, ਕੋਈ ਨਹੀਂ ਦੇ ਦਿਆਂਗੇ। ਬਾਹਲੇ ਕਾਗਜ਼ ਜੇ ਲਈ ਫਿਰਦਾ, ਜਿੰਨੇ ਕਾਗਜ਼ਾਂ ਦੀ ਲੋੜ ਹੋਊ ਓਨੀ ਲੈ ਕੇ ਆਏ, ਵੱਧ ਕਾਗਜ਼ ਉਹਨੇ ਕੀ ਕਰਨੇ ਨੇ? ਉਹ ਮੈਂ ਤਾਂ ਊਂ ਗੱਲ ਕਰਦਾ ਸੀ। ਕੁਲਵਿੰਦਰ ਹਾਂਜੀ, ਤੂੰ ਤੇ ਅੰਜ ਨਹੀਂ ਕੱਲ ਫਿਰ ਲੜੀ ਹੈ, ਬੇਬੇ ਕਹਿੰਦੀ ਹੈ। ਮੈਂ ਉਹਦੇ ਨਾਲ ਕੁਛ ਨਹੀਂ ਲੜੀ, ਉਹ ਆਪ ਹੀ ਬੋਲਦੀ ਹੈ ਪੁੱਠਾ ਸਿੱਧਾ ਮੈਨੂੰ, ਠੀਕ ਆ ਨਾ, ਕਦੇ ਬੰਨ ਸਵੰਨੀਆਂ ਚੀਜ਼ਾਂ ਭਾਲਦੀ ਹੈ, ਮੈਥੋਂ ਆਪ ਡੱਕਾ ਨਹੀਂ ਕੰਮ ਦਾ ਤੋੜਦੀ। ਮੇਰੀ ਗੱਲ ਸੁਣ ਲੈ, ਇੱਕ
ਆਪਾਂ ਨੂੰ ਪਤਾ ਵੀ ਉਹ ਕਹੀ ਜੀ ਹੈ। ਤੂੰ ਇੱਕ ਇੱਕ ਟਾਈਮ ਚੁੱਪ ਕਰ ਜਿਆ ਕਰ। ਮੈਂ ਚੁੱਪ ਹੀ ਹਾਂ, ਠੀਕ ਆ ਨਾ? ਮੇਰੀ ਗੱਲ ਸੁਣ, ਤੂੰ ਕੁਛ ਬੋਲੀ ਨਾ, ਮੈਂ ਕਰਦਾ ਬਾਈ ਹੋਰਾਂ ਨਾਲ ਗੱਲ, ਆਪਾਂ ਦੋ ਚਾਰ ਦਿਨਾਂ 'ਚ ਉਹਨੂੰ ਛੱਡ ਆਵਾਂਗੇ ਯਾਰ। ਠੀਕ ਹੈ, ਮੈਂ ਕੁਛ ਨਹੀਂ ਬੋਲਦੀ, ਬਸ ਜਾਂ ਤਾਂ ਤੁਹਾਡੀ ਭੈਣ ਇੱਥੇ ਰਹੂਗੀ ਜਾਂ ਮੈਂ ਰਹੂੰਗੀ। ਉਹਨੂੰ ਛੇਤੀ ਛੇਤੀ ਉੱਥੇ ਤੋਰਿਆ ਆਪਦੇ ਸਹੁਰੇ ਘਰ। ਯਾਰ ਆਪਾਂ ਇਹ ਗੱਲਾਂ ਕਰਦੇ ਚੰਗੇ ਲੱਗਦੇ ਹਾਂ, ਹੈਂ? ਜੇ ਬਾਪੂ ਹੁੰਦਾ ਸਿਰ 'ਤੇ ਫਿਰ ਗੱਲ ਹੋਰ ਸੀ, ਹੁਣ ਸਾਰੀਆਂ ਗੱਲਾਂ ਮੈਨੂੰ ਸੁਣਨੀਆਂ ਪੈਂਦੀਆਂ ਨੇ। ਸਾਰਾ ਕਸੂਰ ਫਿਰ ਮੇਰਾ ਹੀ ਹੈ ਇਹਦੇ ਵਿੱਚ। ਉਹ ਮੈਂ ਕਦੋਂ ਕਿਹਾ ਗੁਰੂ ਜੀ ਤੇਰਾ ਕਸੂਰ ਹੈ? ਮੈਂ ਤਾਂ ਗੱਲ ਇੰਨੀ ਕਹਿਣਾ ਵੀ ਜਿੰਨੇ ਦਿਨ ਉਹ ਆਫ ਤੁਰੇ ਹੈ ਉਨੇ ਦਿਨ ਤੂੰ ਚੁੱਪ ਕਰ ਜਿਆ ਕਰ। ਠੀਕ ਹੈ, ਮੈਂ ਤਾਂ ਚੁੱਪੀ ਹਾਂ, ਤੁਸੀਂ ਆਪਦੇ ਕੰਮ 'ਤੇ ਵਗ ਜਾਓ। ਜਾਨਾ, ਇਹ ਨਾ ਹੋਵੇ ਜਦੋਂ ਆਥਣੇ ਆਵਾਂ ਅਤੇ ਬੇਬੇ ਤੋਂ ਫਿਰ ਪਤਾ ਲੱਗੇ ਵੀ ਤੁਸੀਂ ਲੜ ਪਈਆਂ ਸੀ। ਨਾਲੇ ਆਪਦੀ ਭੈਣ ਨੂੰ ਸਮਝਾ ਕੇ ਜਾਇਓ ਵੀ ਮੇਰੇ ਨਾਲ ਨਾ ਬੋਲਣ ਦੀ ਲੋੜ ਨਹੀਂ ਆ ਕੇ ਇੱਥੇ। ਜੇ ਬੋਲੀ ਤੂੰ ਹਾੜੇ ਹਾੜੇ ਚੁੱਪ ਕਰਕੇ ਨਾ ਆਪਦੇ ਕਮਰੇ 'ਚ ਵਗ ਜਾਈ, ਤੂੰ ਨਾ ਮੂਹਰੋਂ ਬੋਲੀ। ਠੀਕ ਹੈ, ਨਹੀਂ ਬੋਲਦੀ ਮੈਂ ਸਾਰਾ ਦਿਨ ਮੇਰੇ ਨਾਲ ਹੀ। ਚੱਲ ਚੰਗਾ, ਹੁਣ ਬੋਲੀ ਨਾ। ਚੰਗਾ। ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ। ਸੋਹਣੀਆਂ! ਹਾਂ, ਆਇਆ ਤੇਰਾ ਮੂੰਹ ਮਿੱਠਾ ਕਰਾਵਾਂ। ਆ ਗਿਆ ਹੋਰ ਬੂ, ਮੈਂ ਮਰ ਜਾ। ਲੈ ਦੱਸ, ਡੱਬਾ ਲਿਆ ਉਹਨੂੰ ਕੀ ਸੀਗਾ? ਓਏ ਤੂੰ ਕਹਿੰਦੀ ਹੋਈ ਨਾ ਕਿ ਮੇਰਾ ਪਤੀਸੇ ਨੂੰ ਜੀ ਕਰਦਾ, ਆ ਚੱਕ ਤੂੰ ਖਾ ਪਤੀਸਾ। ਲੈ ਪਤੀਸਾ ਖਾ ਕੇ ਨਾ ਮੇਰੀ ਗੱਲ ਸੁਣ ਲੈ, ਲਿਮਟ ਕਰਾ ਕੇ ਆਇਆ, ਕੋਈ ਜੰਗ ਜਿੱਤ ਕੇ ਨਹੀਂ ਆਇਆ ਹੈਗਾ। ਓਏ ਫੇਰ ਕੀ ਹੁੰਦਾ ਹੈ, ਚਾਰ ਰੁਪਏ ਘਰੇ ਤਾਂ ਆਉਣਗੇ। ਨਾਲੇ ਤੂੰ ਹੀ ਮੈਨੂੰ ਕਹਿੰਦੀ ਸੀ ਕਿ ਮੇਰਾ ਪਤੀਸੇ ਨੂੰ ਜੀ ਕਰਦਾ, ਪਰ ਮੈਥੋਂ ਰਿਹਾ ਨਹੀਂ ਗਿਆ। ਜਦੋਂ ਦੁਕਾਨ ਮੁੜਦੀ ਲੰਘਣ ਲੱਗਿਆ, ਮਹਾਂ ਚੱਲ ਲੈ ਲਾਨੇ ਡੱਬਾ, ਲੈ ਫੜ ਲੈ ਫੜਾ ਫਿਰ ਉਹ ਸਾਰਾ ਨਾ ਇੱਕ ਪੀਹੀ ਚੱਕ ਲੈ। ਲੈ ਫਿਰ ਮੈਂ ਰੱਖ ਦੂੰਗੀ, ਹੁਣ ਤੂੰ ਖਾ ਲੈ ਇੱਕ ਹੋਰ। ਓਏ ਮੈਨੂੰ ਐਂ ਸੀ ਮਹਾਂ ਬੀਬੀ ਬਾਪੇ ਹੁਣਾਂ ਨੂੰ ਵੀ ਦੇ ਦਿੰਦੇ ਭੋਰਾ ਭੋਰਾ ਇੱਕ ਪੀਸ। ਕੋਈ ਨਾ, ਬੀਬੀ ਦਵਾਈ ਦੇਈ ਜਾਂਦੀ ਹੈ ਬਾਪੂ ਨੂੰ। ਤੂੰ ਖਾ ਪਤੀਸਾ, ਮੇਰਾ ਭਰ ਗਿਆ ਗੀਸਾ, ਅਤੇ ਹੁਣ ਫਿਰ ਫੁੱਫੜ ਦੇ ਪੈਣੀਆਂ ਚੀਸਾਂ। ਟਿਕ ਜਿਆ ਕਰ। ਚੰਗਾ, ਜੇ ਆਹ ਗੱਲ ਬਾਪੂ ਨੇ ਸੁਣ ਲਈ ਨਾ, ਫਿਰ ਉਹ ਕਹੂਗਾ ਵੀ ਪਤਾ ਨਹੀਂ ਕਰਮਾ ਕਿਉਂ ਇਹੋ ਜਿਹੀਆਂ ਗੱਲਾਂ ਕਰਦਾ। ਓਏ ਮੈਂ ਤਾਂ ਕਹਿਣਾ ਵੀ ਉਹ ਕਹੂਗਾ ਕੰਜਰ ਦਿਆ, ਕਰਜ਼ਾ ਚੱਕ ਕੇ ਆਇਆ, ਡੱਬਾ ਲਿਆਇਆ। ਮੈਂ ਤਾਂ ਕਹਿਣਾ ਵੀ ਤਾਂ ਚੀਸਾਂ ਪੈਣੀਆਂ ਉਹਦੇ। ਮੈਂ ਵੀ ਤਾਂ ਹੀ ਕਹੀ ਜਾਂਦੀ ਹਾਂ ਵੀ ਉੱਥੇ ਵਿਆਜ ਭਰਨਾ ਹੈਗਾ, ਲਿਮਟ ਕਰਾ ਕੇ ਆਇਆ ਹੈਗਾ, ਕੋਈ ਇੱਥੇ ਲਾਟਰੀ ਨਹੀਂ ਆਈ, ਤੈਨੂੰ ਵੀ ਡੇਢ ਡੱਬੇ ਲਿਆਇਆ ਤੂੰ ਘਰੇ। ਓਏ ਚੱਲ ਫਿਰ ਕੀ ਹੋ ਗਿਆ, ਜੇ ਲਿਆਂਦਾ ਹੁਣ ਖਾ ਲਾਇਆ ਇਹਨੂੰ, ਕਿਵੇਂ ਘਰ ਸਿਰ 'ਤੇ ਚੱਕ ਰੱਖਿਆ ਸਾਰਾ ਬਿਨਾਂ ਗੱਲ ਤੋਂ। ਚੰਗਾ ਮੇਰੀ ਗੱਲ ਸੁਣ, ਪੈਸੇ ਫਿਰ ਹੁਣ ਖਾਤੇ 'ਚ ਆ ਗਏ? ਉਹ ਖਾਤੇ 'ਚ ਹੀ ਆਉਣਗੇ, ਹੋਰ ਹੁਣ ਕਿੱਥੇ ਜਾਣਗੇ ਪੈਸੇ? ਅਤੇ ਫਿਰ ਡੱਬਾ ਤਾਂ ਲਿਆ ਆ ਅਤੇ ਸੂਟ ਫਿਰ ਹੁਣ ਕਰਜ਼ਾ ਚੱਕਿਆ, ਸੂਟਾਂ ਦੀ ਕੀ ਲੋੜ ਹੈ? ਐਂ ਕਿਉਂ ਕਰਦਾ ਹੁੰਦਾ, ਚੱਲ ਕੋਈ ਨਹੀਂ। ਆਪਦੇ ਵਾਰੀ ਐਂ ਕਿਉਂ ਕਰਦਾ ਹੁੰਦਾ, ਮੈਂ ਆਪਦੀ ਮਰਜ਼ੀ ਨਾਲ ਡੱਬਾ ਲਿਆਂਦਾ, ਅੱਗੇ ਤੂੰ ਕਰਜ਼ਾ ਚੱਕ ਆਇਆ, ਕੋਈ ਜੰਗ ਥੋੜ੍ਹੀ ਜਿੱਤ ਗਿਆ, ਸੂਟ ਨੂੰ ਫਿਰ ਜੰਗ ਜਿੱਤ ਗਈ ਹੈ ਤੂੰ। ਚੱਲ ਕੋਈ ਨਾ ਫਿਰ, ਉਹ ਤਾਂ ਮੇਰਾ ਘਰ ਵਾਲਾ, ਹੁਣ ਤੂੰ ਦਵਾਈ ਸਕਦਾ ਜਦੋਂ ਪੈਸੇ ਆਉਣਗੇ ਤੇਰੇ ਕੋਲ। ਕੋਈ ਗੱਲ ਨਹੀਂ, ਇਹਨਾਂ ਗੱਲਾਂ ਕਰਕੇ ਤਾਂ ਮੈਂ ਬਹੁਤ ਟਾਈਮ ਦੀ ਡੀ ਕਰਦਾ ਸੀ, ਅੱਜ ਉਹ ਦਿਨ ਆਖਰ ਆਈ ਗਿਆ। ਕਿਹੜਾ ਦਿਨ? ਓਏ ਯਾਰ ਤੇਰੇ ਸੂਟਾਂ ਵਾਸਤੇ ਗੱਲ ਕਰਦਾ ਵੀ ਪੈਸੇ ਆ ਗਏ, ਹੋਰ ਕੀ। ਅੱਛਾ, ਮੈਂ ਪਤਾ ਨਹੀਂ ਕਿਹੜੀਆਂ ਸਕੀਮਾਂ ਜਾਂ ਬਣਾਈ ਜਾਂਦਾ, ਤੇਰਾ ਹੀ ਨਹੀਂ ਪਤਾ ਲੱਗਦਾ ਕੁਛ। ਮੈਂ ਤਾਂ ਕੀ ਸਕੀਮਾਂ ਬਣਾਉਣੀਆਂ ਨੇ, ਮੈਂ ਤਾਂ ਨਾਲੇ ਜੇ ਚੰਗਾ ਹੀ ਸੋਚਦਾ ਇਸ ਘਰ ਬਾਰੇ, ਮੈਂ ਕਿਹੜਾ ਮਾੜਾ ਸੋਚਦਾ। ਮੈਨੂੰ ਤਾਂ ਐਂ ਹੁੰਦਾ ਵੀ ਚੱਲ ਇਹ ਘਰ ਵਸਦਿਆਂ 'ਚ ਰਹਿ ਜੇ। ਮੇਰੀ ਗੱਲ ਸੁਣ, ਆਹੀ ਗੱਲ ਕਹਿੰਦਾ ਰਹਿੰਦਾ, ਛੱਡ ਵੀ ਦੇ ਹੁਣ ਆਹ ਗੱਲ ਨੂੰ, ਹੋਰ ਕੋਈ ਗੱਲ ਲੱਭ ਲੈ। ਇਸੇ ਘਰ ਵਾਸਤੇ ਸੋਚਦਾ, ਇਸੇ ਘਰ ਵਾਸਤੇ ਸੋਚਦਾ, ਜਦੋਂ ਇਸ ਘਰ ਦਾ ਹੁਣ ਇਸੇ ਘਰ ਵਾਸਤੇ ਸੋਚੇਗਾ, ਹੋਰ ਕੀ ਗਵਾਂਢੀਆਂ ਦਾ ਸੋਚੇਗਾ। ਓਏ ਕਮਲੀਏ, ਮੈਨੂੰ ਐਂ ਹੁੰਦਾ ਵੀ ਫੁੱਫੜ ਮੇਰਾ ਗੱਲ ਦਾ ਯਕੀਨ ਨਹੀਂ ਕਰਦਾ, ਵੀ ਚੱਲ ਜੇ ਮੈਂ ਕਹਿ ਕੇ ਸੁਣਾ ਦੂੰਗਾ, ਅਗਲਾ ਕਈ ਵਾਰੀ ਪਤਾ ਨਹੀਂ ਹੁੰਦਾ ਬੰਦਾ ਯਕੀਨ ਕਰ ਲੇ, ਤਾਂ ਕਹਿ ਦੇਣਾ ਮੈਂ ਆਹ ਗੱਲ। ਬਾਪੂ ਨੇ ਜੇ ਯਕੀਨ ਕਰੀ ਸੀ ਤਾਂ ਹੀ ਸਹਿਣ ਕਰਤੇ, ਤਾਂ ਹੀ ਸਾਰਾ ਕੁਛ ਤੇਰੇ ਹੱਥ ਫੜਾ ਤਾ ਵੀ ਚੱਲ ਕੋਈ ਨਹੀਂ ਕਰਮਾ, ਇਸ ਘਰ ਦਿਵਾਲੀ ਵਾਰਸ ਹੈ।
ਉਹੀ ਗੱਲਾਂ ਤੇਰੀਆਂ ਫਿਰ। ਉਹ ਤਾਂ ਅੱਜ ਨਹੀਂ ਕੱਲ ਉਹਦਾ ਸਾਈਨ ਤਾਂ ਕਰਨੀ ਸੀਗੇ, ਹੁਣ ਫਿਰ ਜਦੋਂ ਲਿਮਟ ਜੋ ਕਰਾਉਣੀ ਸੀ। ਚੱਲ ਚੰਗਾ, ਵਾਲੀਆਂ ਗੱਲਾਂ ਨਾ ਮਾਰ, ਮੇਰੀ ਗੱਲ ਸੁਣ। ਹੁਣ ਚਾਹ ਪੀਏਗਾ? ਚਾਹ ਪੀ ਲਾਂਗੇ, ਨਾਲੇ ਪਤੀਸਾ ਖਾ ਲਾਂਗੇ। ਲੈ ਫੜ ਖਾ ਲੈ। ਓਏ ਚਾਹ ਤਾਂ ਬਣਾ ਲਿਆ ਫਿਰ, ਹੁਣ ਗਾਲਾਂ ਡਿੱਗੀ ਜਾਣਗੀਆਂ ਫਿਰ ਤੇਰੀਆਂ ਹਾਕਾਂ ਮਾਰ। ਪਹਿਲਾਂ ਚਾਹ ਬਣਾ ਕੇ ਲਿਆ। ਆ ਫੜ ਇੱਕ ਪੀ ਚੱਕ ਲੈ। ਹੜਦੀ ਨਹੀਂ ਹੁੰਦੀ ਫਿਰ। ਹੋਰ ਹੜਦਾ ਹੀ ਨਹੀਂ, ਮੈਂ ਚਾਹ ਧਰਦੀ ਹਾਂ। ਰਬੜ ਚੜਾ ਦੇ ਤੇ। ਕਿਉਂ, ਕੀ ਗੱਲ, ਕੀੜੀਆਂ ਲੱਗਦੀਆਂ ਨੇ ਇਹਨੂੰ। ਚੰਗਾ ਬੇ, ਹਾਂ ਬੋਲੀ ਜਾਇਆ ਕਰ। ਬਣਾ ਲਾ ਚਾਹ ਘੁੱਟ, ਤੈਨੂੰ ਨਹੀਂ ਪਤਾ ਪਤੀਸਾ ਨਾ ਜਿਹੜਾ ਐਵੇਂ ਨਹੀਂ ਲਿਆਇਆ ਕਰਮਾ, ਇਹਦੇ ਵਿੱਚ ਬਾਹਲਾ ਵੱਡਾ ਰਾਜ ਆ। ਪਤੀਸਾ ਜ਼ਮੀਨ ਜਾਇਦਾਦ ਘਰ ਅੱਜ ਸੰਦੇਹ ਹੀ ਆ ਗਿਆ ਪੁੱਤ ਤੂੰ ਆਉਣੀ ਸੀ। ਕੀ ਗੱਲ ਹੋ ਗਈ? ਉਹ ਤੇਰੀ ਲਾਡਲੀ ਦੇ ਪਾਏ ਪੰਗੇ ਨਵੇੜਨੇ ਮੈਨੂੰ ਪੈਂਦੇ ਨੇ। ਕੀ ਹੋ ਗਿਆ? ਹੋਣਾ ਕੀ ਤੀ, ਫੋਨ ਆਇਆ ਤੀ ਉਹਦੇ ਸਹੁਰਿਆਂ ਤੋਂ। ਕੀ ਕਹਿੰਦੇ? ਕਹਿਣਾ ਕੀ ਤੀ, ਅਗਲੇ ਕਹਿੰਦੇ ਭਾਈ ਸੋਡੀ ਨੇ ਐਂ ਕਰਿਆ। ਉਹਨਾਂ ਦੀਆਂ ਗੱਲਾਂ ਸੁਣ ਕੇ ਤਾਂ ਐਂ ਲੱਗਦਾ ਸੀ ਵੀ ਕਸੂਰ ਉਹਨਾਂ 'ਚ ਡੱਕਾ ਨਹੀਂ, ਉਰੇ ਆ ਕੇ ਗੱਲਾਂ ਇਹ ਕੀ ਕਹਿੰਦੀ ਹੈ। ਅਤੇ ਹੁਣ ਫਿਰ ਕੀ ਬਣਨਾ ਚਾਹੀਦਾ ਭਾਈ? ਬਣਨਾ ਤਾਂ ਕੀ ਚਾਹੀਦਾ, ਬੋਲ ਮਾਰ ਲੈ। ਅਗਲੇ ਤਾਂ ਕਹਿੰਦੇ ਚਾਰ ਬੰਦੇ ਲਿਆਓ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਭਾਈ ਵੀ ਇਹ ਕੱਟਦੀ ਨਹੀਂ ਉੱਥੇ। ਨਹੀਂ ਕੁੜੀਏ ਉਰੇ ਆ। ਕਿੱਥੇ ਪਈ ਹੈ? ਅੰਦਰ ਪਈ ਹੈ, ਤਾਹਾਂ ਚਵਾਰੇ 'ਤੇ ਏ ਸੀ ਲਾਈ। ਏ ਸੀ ਲਾਈ ਪਈ ਹੈ, ਆਹੀ ਕੁਛ ਤਾਂ ਭਾਲਦੀ ਹੈ ਵੀ ਹਾਂ ਠੀਕ ਹੈ, ਉਰੇ ਕੋਈ ਟੋਕਣ ਵਾਲਾ ਨਹੀਂ। ਹਾਂ ਮਾਂ, ਕੀ ਹੋ ਗਿਆ? ਕੀ ਗੱਲ ਹੋ ਗਈ ਭਾਈ? ਤੂੰ ਕੀ ਕਹਿੰਦੀ ਆ, ਸਹੁਰੇ ਤੇਰੇ ਕੀ ਕਹਿੰਦੇ ਆ? ਵੱਡੇ ਤੇਰੇ, ਇਹਦਾ ਜੇਠ ਦੇ ਫੋਨ ਆਇਆ ਸੀ। ਮੇਰੇ ਜੇਠ ਦਾ? ਦੂਜੇ ਮੁੰਡੇ ਦਾ, ਤੇਰੀ ਨਣਦ ਦਾ। ਹਾਂ, ਰਾਜ ਮੇਰੇ ਭਾਈ ਦਾ। ਹਾਂ, ਤੁਹਾਨੂੰ ਆਇਆ ਸੀ ਵੀਰੇ? ਹਾਂ, ਮੈਨੂੰ ਆਇਆ ਸੀ। ਕੀ ਕਹਿੰਦੇ ਸੀ? ਕਹਿਣਾ ਕੀ ਸੀ, ਤੇਰੀਆਂ ਕਰਤੂਤਾਂ ਦੱਸਦਾ ਸੀ ਅਗਲਾ। ਮੇਰੀਆਂ ਕਿਹੜੀਆਂ ਕਰਤੂਤਾਂ ਨੇ, ਲਾਤੀ ਲੁੱਤੀ ਉਹਨਾਂ ਨੇ, ਤੁਸੀਂ ਵੀ ਉਹਨਾਂ ਦੀ ਗੱਲਾਂ 'ਚ ਆ ਗਏ। ਉਹਨਾਂ ਨੇ ਲੁੱਤੀ ਨਹੀਂ ਲਾਈ, ਤੂੰ ਹੈਗੀ ਇਹ ਜੀਆਂ। ਮਾਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ? ਤੂੰ ਤਾਂ ਮੇਰੀ ਮਾਂ ਹੈ, ਮੈਨੂੰ ਤਾਂ ਸਮਝ ਲੈ। ਮੈਂ ਮਾਂ ਕਰਕੇ ਇੱਥੋਂ ਤਿੱਕਰ ਲਿਆਂਦਾ ਤੈਨੂੰ, ਨਹੀਂ ਤਾਂ ਅੱਜ ਨੂੰ ਤੂੰ ਕਿੱਦਾਂ ਦੇ ਕੋਈ ਬਹਿ ਜਾਂਦੀ। ਹਜੇ ਤਾਂ ਐਂ ਕਹਿੰਦੇ ਆ ਵੀ ਭਾਈ ਚਾਰ ਦਿਨ ਕੁੜੀ ਰੁੱਸ ਕੇ ਆਈ ਆ, ਫਿਰ ਕੀ ਕਰਾਂਗੇ, ਫਿਰ ਕੀ ਕਹਾਂਗੇ ਇਹਦੂ ਬਾਅਦ? ਮਾਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ? ਮੈਂ ਤੁਹਾਨੂੰ ਆ ਕੇ ਸਾਰੀ ਗੱਲ ਤਾਂ ਦੱਸੀ ਹੈ ਵੀ ਭਾਈ ਮੇਰੇ ਨਾਲ ਇਹ ਹੋਇਆ, ਹੁਣ ਵੀਰੇ ਤੁਸੀਂ ਐਂ ਦੱਸੋ ਮੈਂ ਉੱਥੇ ਕੁੱਟ ਖਾਈ ਚੱਲਾਂ। ਕੁੱਟ ਖਾਈ? ਕੋਈ ਨਹੀਂ ਕੁੱਟਦਾ ਵੀ ਲਿਆ, ਤੇਰੀ ਛਿੱਤਰ ਖਾਏਗੀ ਤੂੰ। ਕਿਹੜੇ ਲੱਛਣ ਰਹਿ ਗਏ ਮੇਰੇ, ਕੀ ਗੱਲ ਦੱਸੀ ਆ? ਪਹਿਲਾਂ ਤਾਂ ਮੈਨੂੰ ਐਂ ਦੱਸੋ ਉਹਨਾਂ ਨੇ। ਨਾ ਮੇਰੀ ਗੱਲ ਸੁਣ, ਤੂੰ ਪਹਿਲਾਂ ਤਾਂ ਉਰੇ ਆ, ਇੱਧਰ ਆਈ ਮਾੜਾ ਸਾਹਮਣੇ, ਉਰੇ ਆ। ਹਾਂ ਦੱਸ। ਨਾ ਤੂੰ ਮੇਰੀ ਗੱਲ ਸੁਣ, ਜਦੋਂ ਤੈਨੂੰ ਵਿਆਹ ਹੋਇਆ ਸੀ ਉਹਨਾਂ ਦਾ ਗਊ ਵਰਗਾ ਟੱਬਰ ਹੈ, ਜਦੋਂ ਦੀ ਗਈ ਹੈ ਨਾ ਤੂੰ ਸਾਰਾ ਕੁਛ ਉਹਨਾਂ ਦੇ ਭਾਂਡੇ ਖੰਡਿਆ ਕੇ ਧਰਤੇ, ਕੀ ਗੱਲ ਪਈ? ਕਿਹਨੇ ਕਿਹਾ ਗਊ ਵਰਗਾ ਟੱਬਰ ਸੀ? ਕੱਟਦੇ ਤਾਂ ਉਹ ਪਹਿਲਾਂ ਹੀ ਨਹੀਂ ਆਪਸ 'ਚ ਹੈਗੇ, ਨਾ ਮੇਰਾ ਲਾਤਾ ਵੀ ਇਹ ਮਾੜੀ ਆ ਗਈ। ਸਾਨੂੰ ਕਾਹਨੂੰ ਪਤਾ, ਸਾਨੂੰ ਕਾਹਨੂੰ ਪਤਾ ਵੀ ਉਹ ਨਹੀਂ ਕੱਟਦੇ ਕਿ ਤੂੰ ਨਹੀਂ ਕੱਟਦੀ। ਵੀਰੇ ਉਹਨਾਂ ਨੇ ਤੁਹਾਨੂੰ ਚਾਰ ਗੱਲਾਂ ਕਹਿ ਦੀਆਂ, ਤੁਸੀਂ ਮੰਨ ਲਈਆਂ, ਉਹਨਾਂ ਨੇ ਪੱਟੀ ਪੜਾ ਦੀ, ਤੁਸੀਂ ਪੜ੍ਹ ਲਈ, ਇਹੀ ਗੱਲ ਹੋਈ ਹੈ, ਹੋਰ ਕੁਛ ਨਹੀਂ। ਅਗਲੇ ਨੇ ਆਪ ਨਹੀਂ ਕਿਹਾ, ਅਗਲਾ ਕਹਿੰਦਾ ਚਾਰ ਬੰਦੇ ਲੈ ਕੇ ਆ ਜਾਓ, ਸਣੇ ਸਾਡੇ ਗੁਆਂਢੀ ਦੱਸਣਗੇ ਵੀ ਕੀ ਲੱਛਣ ਹੁੰਦੇ ਨੇ, ਨਾ ਅਸੀਂ ਉੱਥੇ ਜਾ ਕੇ ਕੀ ਮੂੰਹ ਦਿਖਾਵਾਂਗੇ। ਸਾਰੀ ਗੱਲ ਛੱਡੋ,
ਮੈਂ ਕੀ ਕਿਹਾ ਉਹਨਾਂ ਨੇ ਕੀ ਕਿਹਾ ਪਰ ਕੁੱਟਿਆ ਤਾਂ ਹੈ ਨਾ ਇਹ ਤਾਂ ਗੱਲ ਮੰਨਦੇ ਹੋ ਨਾ ਕੁੱਟੂਗਾ ਤਾਂ ਹੈਗੀ ਜਦੋਂ ਤੇਰੀ ਜੀਭ ਮਾੜੀ ਆ ਤੂੰ ਬੋਲਣਾ ਤਾਂ ਹਟਦੀ ਨਹੀਂ ਬੋਲਣਾ ਤਾਂ ਤੂੰ ਇੱਥੇ ਨਹੀਂ ਹਟਦੀ ਉੱਥੇ ਕਿੱਥੋਂ ਹਟੇਂਗੀ ਮਾਂ ਮੇਰੀ ਗੱਲ ਸੁਣ ਲੈ ਜੀਭ ਨਹੀਂ ਮਾੜੀ ਮੇਰੀ ਮੈਂ ਸੱਚ ਬੋਲਦੀ ਆ ਤਾਂ ਕੌੜੀ ਲੱਗਦੀ ਆ ਅੱਛਾ ਤੂੰ ਸੱਚ ਬੋਲਦੀ ਹੋ ਸਾਰਾ ਟੱਬਰ ਝੂਠਾ ਤੂੰ ਕੱਲੀ ਸੱਚੀ ਆ ਉਹਨਾਂ ਦੇ ਟੱਬਰ 'ਚ ਅੱਛਾ ਫਿਰ ਮੈਂ ਥੱਲੇ ਲੱਗ ਜਾ ਹਣਾ ਸਾਰਿਆਂ ਦੇ ਥੱਲੇ ਬਈ ਹੱਕ ਵੀ ਨਾ ਮੰਗਾ ਸੌਰਿਆਂ ਦੇ ਘਰੇ ਤਾਂ ਥੱਲੇ ਲੱਗਣਾ ਪਊਗਾ ਕਿਹੜੇ ਤੇਰੇ ਹੱਕ ਨੇ ਸਾਰੇ ਤੇਰੇ ਹੱਕ ਹੀ ਨੇ ਫਿਰ ਉਹਨਾਂ ਦਾ ਤਾਂ ਕੋਈ ਹੱਕ ਹੀ ਨਹੀਂ ਸਹੁਰਿਆਂ ਦੇ ਘਰੇ ਤਾਂ ਬਈ ਥੱਲੇ ਲੱਗਣਾ ਪੈਂਦਾ ਹੁੰਦਾ ਇੱਥੇ ਪਕਾ ਗਈ ਪੇਕਿਆਂ ਦੇ ਘਰੇ ਸੁਣ ਲਈਆਂ ਸੀ ਉੱਥੇ ਨਹੀਂ ਸੁਣ ਲਿਆ ਹੁਣ ਤੂੰ ਰੋ ਕੇ ਟੈਨਸ਼ਨ ਕਰਦੀ ਆ ਇਹ ਕੀ ਹੋਇਆ ਮੈਂ ਤਾਂ ਇੱਥੇ ਆਈ ਸੀ ਵੀ ਤੁਸੀਂ ਮੇਰੇ ਵੱਲ ਦੀ ਗੱਲ ਕਰੋਗੇ ਤੁਸੀਂ ਤਾਂ ਉਹਨਾਂ ਦੀ ਗੱਲਾਂ ਜਾਣੀ ਗੱਲ ਤਾਂ ਸੱਚੀ ਕਰੀ ਜਾਊਗੀ ਚਾਹੇ ਤੇਰੇ ਕਣੀ ਦੀ ਹੈ ਚਾਹੇ ਉਹਨਾਂ ਕਣੀ ਦੀ ਹੈ ਪਰ ਮੈਂ ਵੀ ਸੱਚੀ ਬੋਲਦੀ ਆ ਮੈਨੂੰ ਨਹੀਂ ਪਤਾ ਹੈਗਾ ਉਹਨਾਂ ਬਈ ਸਾਥੋਂ ਤਾਂ ਘਰੇ ਬਹਾਇਆ ਨਹੀਂ ਜਾਂਦਾ ਕੁੱਟ ਖਾ ਲਾੜ ਉਹਨਾਂ ਨਾਲ ਉੱਥੇ ਬਸਣਾ ਪਊਗਾ ਤੀਜੇ ਦਿਨ ਚੱਕਦੀਆਂ ਚੋਲਾ ਤੂੰ ਇੱਥੇ ਆ ਜਾਂਦੀ ਆ ਕੰਮ ਕੀ ਇੱਥੇ ਤੇਰਾ ਆਪਦਾ ਘਰ ਤਾਂ ਤੂੰ ਪੱਟਦੀ ਆ ਤੂੰ ਮੇਰੇ ਪੁੱਤ ਦਾ ਵੀ ਪੱਟੇਂਗੀ ਇਹਦਾ ਕਿਹੜਾ ਘਰ ਪੱਟਦਾ ਮੈਂ ਤੇ ਹੋਰ ਹੁਣ ਪੱਟੇਂਗੀ ਤਾਂ ਹੈਗੀ ਜਦੋਂ ਇੱਥੇ ਰਹੇਗੀ ਉੱਥੇ ਨਹੀਂ ਕੱਟਦੀ ਇੱਥੇ ਬਹੂ ਨਾਲ ਲੜੀ ਜਾਇਆ ਕਰੇਂਗੀ ਉਹ ਡਜੂਗੀ ਰੁੱਸ ਕੇ ਤੇ ਮੇਰਾ ਜਵਾਕ ਕੁਛ ਖਾ ਕੇ ਮਰਜੂ ਤੇਰਾ ਤਾਂ ਕੁਛ ਨਹੀਂ ਜਾਂਦਾ ਵਿਚਾਲੇ ਵਿਚਾਲੇ ਅੱਛਾ ਮੈਂ ਤੁਹਾਡੀ ਕੁਛ ਨਹੀਂ ਲੱਗਦੀ ਨਾ ਮੈਂ ਇਹਦੀ ਭੈਣ ਲੱਗਾ ਨਾ ਮੈਂ ਤੁਹਾਡੀ ਧੀ ਲੱਗਾ ਜੇ ਆਪਦੇ ਘਰੇ ਬਸੇਂਗੀ ਤਾਂ ਸਭ ਕੁਛ ਲੱਗਦੀਆਂ ਨਹੀਂ ਸਾਡੀ ਕੁਛ ਨਹੀਂ ਲੱਗਦੀ ਜੇ ਆਪਦੇ ਘਰੇ ਵਸੇਂਗੀ ਸਭ ਕੁਛ ਲੱਗਦੀਆਂ ਤੂੰ ਸਾਡੀ ਹੁਣ ਹਟਦੀ ਆ ਬੋਲਣ ਹਾਂ ਜਦੋਂ ਅੱਖਾਂ ਤੱਕ ਇਹਦਾ ਮੂੰਹ ਪਾੜਿਆ ਹੋਇਆ ਹਾਂ ਜਦੋਂ ਹੁਣ ਹਟਦੀ ਨਹੀਂ ਹੈਗੀ ਬੋਲਣੋਂ ਤੂੰ ਮੇਰੀ ਗੱਲ ਸੁਣ ਲੈ ਬਈ ਜਮਾ ਸਿੱਧੀ ਤੇ ਸਾਫ ਜੀ ਅਗਲੇ ਤਾਂ ਇਹ ਗੱਲ ਕਹਿੰਦੇ ਨੇ ਵੀ ਭਾਈ ਜੇ ਉਹਨੇ ਇਹੀ ਲੱਛਣ ਰੱਖਣੇ ਨੇ ਸਾਡੇ ਮੁੰਡੇ ਨੂੰ ਤਾਂ ਤਲਾਕ ਦੇ ਦੇ ਲੈ ਤਲਾਕ ਦੇ ਦੇ ਦੇਖ ਲੈ ਮਾਂ ਇਹ ਜਿਹੀਆਂ ਗੱਲਾਂ ਤਾਂ ਉਹ ਆਪ ਕਰਦੇ ਨੇ ਮੈਂ ਕਿਹਾ ਤਲਾਕ ਵਾਲੀ ਗੱਲ ਉਹ ਆਪ ਹੀ ਇਹ ਜੇ ਨੇ ਪੁੱਤ ਜਦੋਂ ਤੂੰ ਬੋਲਦੀਆਂ ਫਿਰ ਅਗਲਾ ਅੱਕ ਕੇ ਕਹਿੰਦਾ ਵੀ ਇਹ ਦੋਨੋਂ ਤਾਂ ਸਾਡਾ ਕੁਮਾਰੀ ਫਿਰਦਾ ਰਹੇ ਫਿਰ ਮੈਂ ਵੀ ਇਹੀ ਜੀ ਤੋਂ ਕਰਾਉਣਾ ਕੀ ਆ ਕੰਮ ਤੂੰ ਨਹੀਂ ਕਰਦੀ ਉੱਥੇ ਸਾਰਾ ਦਿਨ ਬੈਡਾਂ ਤੇ ਚੜੀ ਬੈਠੀ ਰਹਿਨੀ ਆ ਕੰਮ ਕਰਦੀ ਆ ਬਾਈ ਮੈਂ ਕੀ ਨਹੀਂ ਕਰਦੀ ਕੰਮ ਤੂੰ ਕਿਹਨੇ ਕਿਹਾ ਤੁਹਾਨੂੰ ਵੀ ਮੈਂ ਕੰਮ ਨਾ ਉਹਰੇ 5 ਦਿਨ ਹੋ ਗਏ ਆਈ ਨੂੰ ਤੈਨੂੰ ਉਹਰੇ ਤਾਂ ਤੂੰ ਕਦੇ ਝਾੜੂ ਦੇ ਹੱਥ ਲਾਇਆ ਨਹੀਂ ਕੋਈ ਨਹੀਂ ਤੇਰੀ ਵਾਟੀ ਕਰੀ ਤਾਂ ਜਾਂਦੀ ਆ ਉਹ ਤਾਂ ਮਿੰਟ ਚ ਕਹਿ ਦਿੰਦੀ ਆ ਮੇਰਾ ਘਰ ਹੈ ਮੇਰਾ ਘਰ ਹੈ ਫਿਰ ਕਰਨ ਦੇ ਫਿਰ ਉਹ ਕੰਮ ਵੀ ਕਰਦੀ ਆ ਜੇ ਉਹਦਾ ਘਰ ਆ ਪਰ ਕਰੀ ਜਾਵੇ ਕੰਮ ਵੀ ਕਰਦੀ ਆ ਬੋਲਦੀ ਨਹੀਂ ਸਾਡੇ ਮੂਹਰੇ ਇੰਨੀ ਨਰਮਾ ਦੇਸਾਂ ਦੀ ਉਹ ਤਾਂ ਹੁਣ ਤੁਸੀਂ ਕਰਨਾ ਕੀ ਇਹ ਦੱਸੋ ਕਰਨਾ ਤਾਂ ਇਹ ਹੈ ਵੀ ਭਾਈ ਪਾ ਝੋਲੇ 'ਚ ਕੱਪੜੇ ਤੇ ਚੱਲ ਚੱਲੀਏ ਤੇ ਮੈਂ ਤੈਨੂੰ ਛੱਡ ਕੇ ਆਵਾਂ ਐਂ ਤਾਂ ਨਹੀਂ ਮੈਂ ਜਾਂਦੀ ਫਿਰ ਹੋਰ ਕਿਵੇਂ ਜਾਏਂਗੀ ਹੋਰ ਕੀ ਦੁਬਾਰੇ ਬੈਂਡ ਬਾਜਿਆਂ ਵਾਲੇ ਲਈ ਇਹ ਤਾਂ ਜਮੀ ਸ਼ਰਮਲਾਰਖੀ ਹੈ ਬਾਈ ਮੇਰੀ ਗੱਲ ਸਿੱਧੀ ਜੀ ਸੁਣ ਲਓ ਜੇ ਤੁਸੀਂ ਜਾ ਕੇ ਉੱਥੇ ਇਹ ਚੀਜ਼ ਕਹੋਗੇ ਵੀ ਅੱਜ ਤੋਂ ਬਾਅਦ ਸਾਡੀ ਕੁੜੀ ਨੂੰ ਕੋਈ ਹੱਥ ਨਹੀਂ ਲਾਊਗਾ ਤੇ ਜਿਹੜੀ ਗੱਲ ਉਹ ਕਹਿੰਦੀ ਆ ਉਹ ਮੰਨੋਗੇ ਗੱਲਾਂ ਤਾਂ ਭਾਈ ਮੂੰਹ ਤੇ ਹੋਣਗੀਆਂ ਉੱਥੇ ਜਾ ਕੇ ਫਿਰ ਕੋਈ ਗੱਲ ਕਹੀ ਜਾਊਗੀ ਸੱਚੀ ਜੇ ਉਹਨਾਂ 'ਚ ਖੋਟ ਹੋਇਆ ਉਹਨਾਂ ਨੂੰ ਕਹੂੰਗਾ ਜੇ ਤੇਰੇ 'ਚ ਖੋਟ ਹੋਇਆ ਜਮਾ ਸਾਰਿਆਂ ਦੇ ਸਾਹਮਣੇ ਤੈਨੂੰ ਕਹਾਂਗੀ ਠੀਕ ਹੈ ਵੀਰੇ ਇਹੀ ਗੱਲ ਰੱਖੀ ਜੇ ਮੇਰੇ 'ਚ ਖੋਟ ਹੋਇਆ ਨਾ ਮੈਂ ਸਾਰਿਆਂ ਸਾਹਮਣੇ ਕੰਨ ਫੜ ਕੇ ਮਾਫੀ ਤੱਕ ਮੰਗ ਲੂੰਗੀ ਪਰ ਹਰਜੀਤ ਨੂੰ ਕਹਿ ਦਈ ਅੱਜ ਤੋਂ ਬਾਅਦ ਮੇਰੇ 'ਤੇ ਹੱਥ ਨਹੀਂ ਚੱਕੂਗਾ ਤੂੰ ਹਰਜੀਤ ਦੇ ਮੂਹਰੇ ਬੋਲੀ ਹੀ ਨਾ ਕਰ ਮਾਂ ਬੋਲਦੀ ਕਾਹਤੋਂ ਆ ਤੂੰ ਮੀਆਂ ਬੀਬੀ ਦੀ ਸੋ ਲੜਾਈ ਹੁੰਦੀ ਹੈ ਉਹ ਤਾਂ ਉਹ ਲੋਕਾਂ ਦੀ ਉਂਗਲਾਂ ਤੇ ਚੜ ਕੇ ਆ ਜਾਂਦਾ ਮੈਨੂੰ ਆ ਕੇ ਕੁੱਟਣ ਲੱਗ ਜਾਂਦਾ ਕਿਉਂ ਮੈਂ ਪੱਥਰ ਦੀ ਬਣੀ ਆ ਮੀਆਂ ਬੀਬੀ ਦੀ 100 ਵਾਰੀ ਲੜਾਈ ਹੁੰਦੀ ਹੈ ਇਹੀ ਤੈਨੂੰ ਮੈਂ ਕਹਿਣਾ ਤੂੰ ਤੀਜੇ ਦਿਨ ਚੱਕ ਕੇ ਝੋਲਾ ਉਰੇ ਆ ਜਾਨੀ ਆ ਮੈਂ ਤੇ ਤੇਰੀ ਭਾਬੀ ਕਿੰਨੇ ਵਾਰੀ ਲੜਦੇ ਆ ਉਹ ਤਾਂ ਗਈ ਨਹੀਂ ਅੱਛਾ ਚੱਕ ਕੇ ਝੋਲਾ ਫਿਰ ਮੈਂ ਕਿੱਥੇ ਜਾਵਾਂ ਮੇਰੇ ਪੇਕੇ ਹੀ ਨੇ ਤੇ ਇੱਥੇ ਆਉਂਗੀ ਤੂੰ ਫੋਨ ਕਰਕੇ ਸੱਦ ਲੈਂਦੀ ਆਪਦੇ ਭਰਾ ਨੂੰ ਵੀ ਬਾਈ ਮੈਨੂੰ ਐਂ ਕਹਿੰਦੇ ਨੇ ਜ਼ਰੂਰੀ ਤਾਂ ਨਹੀਂ ਝੋਲਾ ਚੱਕ ਕੇ ਬੱਸਾਂ 'ਚ ਤੁਰਿਆ ਫਿਰਨਾ ਸੋਹਣੀ ਲੱਗਦੀਆਂ ਰੋਜ਼ ਚੱਕਦੀਆਂ ਬੈਗ ਉੱਡਿਆਉਂਦੀਆਂ ਚੱਕਦੀਆਂ ਬੈਗ ਉੱਡਿਆਉਂਦੀਆਂ ਵੀਰਾ ਕੰਮ ਤੇ ਹੁੰਦਾ ਮੈਂ ਤਾਂ ਨਹੀਂ ਵੀਰੇ ਨੂੰ ਫੋਨ ਕੀਤਾ ਮੈਨੂੰ ਫੋਨ ਕਰ ਲੈਂਦੀ ਮੈਨੂੰ ਕਰ ਲੈਂਦੀ ਫੋਨ ਉਹ ਮਾਂ ਤੂੰ ਤਾਂ ਇੱਥੇ ਨਹੀਂ ਚੁੱਪ ਕਰਦੀ ਹੈਗੀ ਤੈਨੂੰ ਫੋਨ ਕਰਕੇ ਉੱਥੇ ਲੜਾਈ ਪਾਉਣੀ ਸੀ ਲੜਾਈ ਕਿਉਂ ਲੈ ਜੇ ਤੇਰੇ 'ਚ ਖੋਟ ਹੁੰਦਾ ਫਿਰ ਮੈਂ ਕਹਿੰਦੀ ਤੇਰੀਆਂ ਗਲਤੀਆਂ ਨਿਕਲਦੀਆਂ ਨੇ ਬਿੱਲਿਆ ਉੱਥੇ ਤਾਂ ਨਹੀਂ ਸਾਦੀ ਮੈਨੂੰ ਤੂੰ ਤੇਰੀਆਂ ਗਲਤੀਆਂ ਨੇ ਉੱਥੇ ਅੱਖ ਚੋਂ ਹੰਝੂ ਆਉਂਦਾ ਆਉਂਦਾ ਇਹਦੀ ਅੱਖ ਚੋਂ ਹੰਝੂ
ਹਾਂਜੀ ਸਤਿ ਸ੍ਰੀ ਅਕਾਲ। ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈੱਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।